ਤੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਰੋਜ਼ਾਨਾ ਇਸ ਮੰਚ ਨੂੰ ਸਜਾਉਂਦੇ ਹਾਂ ਔਰ ਅਹਿਮ ਵਿਸ਼ਿਆਂ ਦੀ ਗੱਲ ਅਸੀਂ ਕਰਦੇ ਹਾਂ। ਅੱਜ ਵੀ ਇਸ ਮੰਚ ਨੂੰ ਅਸੀਂ ਗਰਾਊਂਡ ਜੀਰੋ 'ਤੇ ਸਜਾਇਆ ਹੈ ਔਰ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਏ ਹਾਂ। ਟੀਮ ਸਾਡੀ ਪਹੁੰਚੀ ਹੈ ਜੀ ਵਾਸ਼ਿੰਗਟਨ DC। ਅੱਜ ਵਾਸ਼ਿੰਗਟਨ DC ਦੇ ਵਿੱਚ ਕੰਟਰੀਬਿਊਸ਼ਨ ਆਫ ਸਿੱਖਸ USA ਦੇ ਵਿੱਚ ਉਹਨਾਂ ਦਾ ਕਿਸ ਤਰੀਕੇ ਦੀ ਕੰਟਰੀਬਿਊਸ਼ਨ ਰਹੀ ਉਹਨੂੰ ਲੈ ਕੇ ਅਵਾਰਡ ਸੈਰੇਮਨੀ ਰੱਖੀ ਗਈ ਪ੍ਰੋਮੀਨੈਂਟ ਸਿੱਖ ਆਫ USA ਜਿਹਦੇ ਵਿੱਚ ਕਈ ਸਾਰੀਆਂ ਸ਼ਖਸੀਅਤਾਂ ਹੁੰਮ ਹੁਮਾ ਕੇ ਵਿਸ਼ਵ ਤੋਂ ਇੱਥੇ ਪਹੁੰਚੀਆਂ। ਔਰ ਜਦ ਗੱਲ ਵੈਸਟ ਕੋਸਟ ਦੀ ਹੁੰਦੀ ਹੈ ਈਸਟ ਕੋਸਟ ਦੀ ਹੁੰਦੀ ਹੈ ਤਾਂ ਆਪਣੀ ਅਹਿਮ ਭੂਮਿਕਾ ਨਿਭਾਈ। ਉਹਨਾਂ ਸ਼ਖਸੀਅਤਾਂ ਨੂੰ ਅੱਜ ਇੱਥੇ ਰਿਕੋਗਨਾਈਜ਼ ਕੀਤਾ ਗਿਆ, ਸਨਮਾਨਿਤ ਕੀਤਾ ਗਿਆ। 50 ਪ੍ਰੋਮੀਨੈਂਟ ਸਿੱਖਸ ਨੂੰ ਚੁਣਿਆ ਗਿਆ ਸੀਗਾ ਆਲ ਓਵਰ USA ਦੇ ਵਿੱਚ। ਬਕਾਇਦਾ ਇੱਥੇ ਕਿਤਾਬ ਰਿਲੀਜ਼ ਕੀਤੀ ਗਈ, ਉਸ ਕਿਤਾਬ ਦੇ ਵਿੱਚ ਕਈ ਸਾਰੀਆਂ ਸ਼ਖਸੀਅਤਾਂ ਦਾ ਜ਼ਿਕਰ ਵੀ ਕੀਤਾ ਗਿਆ। ਉਸ ਕਿਤਾਬ ਦੇ ਬਾਰੇ ਵੀ ਮੈਂ ਤੁਹਾਨੂੰ ਜਾਣੂ ਕਰਾਊਂਗਾ। ਲੇਕਿਨ ਇੱਕ ਖਾਸ ਸ਼ਖਸੀਅਤ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹਨ। ਉਹਨਾਂ ਨੂੰ ਕਈ ਵਾਰ ਤੁਸੀਂ ਸੁਣਿਆ, ਉਹਨਾਂ ਦੀ ਫਿਲੋਸਫੀਜ਼ ਨੂੰ, ਉਹਨਾਂ ਦੇ ਉਹਨਾਂ ਸਿਧਾਂਤਾਂ ਨੂੰ, ਔਰ ਕਿਸ ਤਰੀਕੇ ਨਾਲ ਉਹ ਉਹਨਾਂ ਸਾਰੀ ਗੱਲਾਂ ਨੂੰ ਅੱਜ ਵੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹੋਏ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਇਸ ਧਰਤੀ ਦੇ ਉੱਤੇ ਲੈਂਡ ਆਫ ਓਪਰਚੁਨਿਟੀ ਦੇ ਵਿੱਚ ਹਰ ਕਿਸੇ ਦੇ ਲਈ ਉਹ ਇੱਕ ਮਿਸਾਲ ਕਾਇਮ ਕਰ ਰਹੇ ਹਨ। ਔਰ ਜਦ ਮੈਂ ਗੱਲ ਮਿਸਾਲ ਕਾਇਮ ਦੀ ਕਰਦਾ ਤਾਂ ਕਈ ਸਾਰੀਆਂ ਸ਼ਖਸੀਅਤਾਂ ਅੱਜ ਮੈਨੂੰ ਬੈਠ ਕੇ ਘਰ ਦੇ ਵਿੱਚ ਜਾਂ ਫਿਰ ਤੁਸੀਂ ਕਿੱਥੇ ਵੀ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ, ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਕੌਮ ਦੀ ਚੜ੍ਹਦੀ ਕਲਾ ਦੇ ਲਈ, ਇਸ ਕੌਮ ਨੂੰ ਅੱਗੇ ਲਿਜਾਉਣ ਦੇ ਲਈ, ਇਸ ਕੌਮ ਦੀ ਰਿਕੋਗਨੀਸ਼ਨ ਦੇ ਲਈ ਹਮੇਸ਼ਾ ਵਚਨਬੰਧ ਹੋਇਓ। ਜਦ ਜਸ ਪੰਜਾਬੀ ਵੱਖ ਵੱਖ ਟਾਊਨਾਂ ਦੇ ਵਿੱਚ ਆ ਕੇ ਤੁਹਾਡੇ ਨਾਲ ਤੁਹਾਡੇ ਕੀਤੇ ਹੋਏ ਉਹਨਾਂ ਸਾਰੇ ਕਾਰਜ ਨੂੰ ਜਦ ਇਸ ਪਲੈਟਫਾਰਮ ਦੇ ਉੱਤੇ ਲੈ ਕੇ ਆਉਂਦਾ ਹੈ ਤਾਂ ਤੁਸੀਂ ਆਲ ਓਵਰ ਵਰਲਡ ਦੇ ਵਿੱਚ ਵਸਦੇ ਸਿੱਖਾਂ ਦਾ ਮਾਣ ਵਧਾਉਂਦੇ ਹੋ, ਆਲ ਓਵਰ ਅਮੈਰੀਕਾ ਦੇ ਵਿੱਚ ਵਸਦੇ ਹੋਏ ਕਮਿਊਨਿਟੀ ਦਾ ਨਾਂ ਅੱਗੇ ਲੈ ਕੇ ਜਾਂਦੇ ਹੋ, ਤਾਂ ਸਾਨੂੰ ਵੀ ਮਾਣ ਮਹਿਸੂਸ ਹੁੰਦਾ। ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਹਰ ਉਸ ਗੱਲ ਨੂੰ ਇਸ ਮੰਚ ਦੇ ਜ਼ਰੀਏ ਲੈ ਕੇ ਆਇਆ। ਅਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ, ਜਿਸ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਅੱਜ ਮਿਲਵਾਵਾਂਗਾ, ਟਰਲਕ ਕੈਲੀਫੋਰਨੀਆ ਤੋਂ ਦੇ ਵਿੱਚ ਜਦ ਮੈਂ ਗੱਲ ਕਰਦਾ ਤਾਂ ਉਹਨਾਂ ਦੀ ਜ਼ਿੰਦਗੀ ਦੇ ਅਹਿਮ ਪਲ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਵਿੱਚ ਪਿਛਲੇ ਲਗਭਗ 40 ਕੁ ਸਾਲ ਦੇ ਗੁਜ਼ਰੇ। ਲੇਕਿਨ ਹਾਲ ਫਿਲਹਾਲ ਦੇ ਵਿੱਚ ਟਰਲਕ ਕੈਲੀਫੋਰਨੀਆ ਦੀ ਜਿਹੜੀ ਅਸੀਂ ਅਗਰ ਮੈਪ ਦੀ ਗੱਲ ਕਰੀਏ, ਜਦ ਅਸੀਂ ਅਮੈਰੀਕਾ ਦਾ ਮੈਪ ਵੇਖਦੇ ਹਾਂ ਔਰ ਟਰਲਕ ਕੈਲੀਫੋਰਨੀਆ ਜਦ ਸਾਡੀ ਨਜ਼ਰ ਜਾਂਦੀ ਹੈ ਤਾਂ ਉੱਥੇ ਇੱਕ ਸ਼ਖਸੀਅਤ ਹੈ ਜੋ ਕਿ ਆਲ ਓਵਰ ਵਰਲਡ ਦੇ ਵਿੱਚ ਸਾਡੀ ਪਹਿਚਾਣ ਬਣਾਉਂਦੇ ਹਨ ਔਰ ਸਾਨੂੰ ਮੋਟੀਵੇਟ ਕਰਦੇ ਹਨ ਕਿ ਸਾਨੂੰ ਕਿਸ ਫਲਸਫੇ ਦੇ ਉੱਤੇ ਚੱਲਣਾ ਚਾਹੀਦਾ, ਜਿਹੜਾ ਫਲਸਫਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਸੀਗਾ ਔਰ ਜਿਹੜਾ ਫਲਸਫਾ ਸਾਨੂੰ ਉਹਨਾਂ ਪੀਰ ਪੈਗੰਬਰਾਂ ਤੋਂ ਮਿਲਿਆ ਸੀਗਾ, ਉਹ ਫਲਸਫੇ ਆਖਿਰਕਾਰ ਹੈ ਕੀ ਔਰ ਉਹਨਾਂ ਫਲਸਫਿਆਂ ਨੂੰ ਅਸੀਂ ਕਿਸ ਤਰੀਕੇ ਨਾਲ ਅਮੈਰੀਕਾ ਦੀ ਧਰਤੀ ਦੇ ਉੱਤੇ ਇੰਪਲੀਮੈਂਟ ਕਰੀਏ, ਇੰਪਲੀਮੈਂਟ ਕਰਨ ਤੋਂ ਬਾਅਦ ਕਿਵੇਂ ਅਸੀਂ ਲੋਕਾਂ ਦੇ ਵਿੱਚ ਜਾਈਏ, ਕਿਵੇਂ ਅਸੀਂ ਕਮਿਊਨਿਟੀ ਜਿਹੜੀਆਂ ਵੱਖ ਵੱਖ ਕਮਿਊਨਿਟੀਆਂ ਹਨ ਉਹਨਾਂ ਨੂੰ ਜਾ ਕੇ ਦੱਸੀਏ ਕਿ ਅਸੀਂ ਕੌਣ ਹਾਂ। ਲੇਕਿਨ ਅਸੀਂ ਕਰਦੇ ਵੀ ਹਾਂ ਔਰ ਇਸ ਮਾਣ ਦੇ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਤੁਸੀਂ ਵੀ ਇਸ ਕੰਮ ਨੂੰ ਬੜੇ ਹੀ ਬਖੂਬੀ ਤਰੀਕੇ ਨਾਲ ਕਰਦੇ ਹੋ। ਉਸੀ ਗੱਲ ਨੂੰ ਗਰਾਊਂਡ ਲੈਵਲ ਦੇ ਉੱਤੇ ਟਰਲਕ ਕੈਲੀਫੋਰਨੀਆ ਵਿਖੇ ਸਰਦਾਰ ਦਵਿੰਦਰ ਸਿੰਘ ਬੈਂਸ ਕਾਫੀ ਲੰਬੇ ਸਮੇਂ ਤੋਂ ਕਰਦੇ ਹੋਏ ਆ ਰਹੇ ਹਨ। ਪੇਸ਼ੇ ਤੋਂ ਕਾਰੋਬਾਰੀ ਹਨ, ਕਾਰ ਡੀਲਰਸ਼ਿਪ ਦਾ ਵੱਡੇ ਪੱਧਰ 'ਤੇ ਇਹਨਾਂ ਦਾ ਟਰਲਕ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਹੈ। ਔਰ ਜਦ ਗੱਲ ਸਿੱਖ ਕਮਿਊਨਿਟੀ ਦੀ ਰਿਕੋਗਨੀਸ਼ਨ ਦੀ ਔਰ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਸੋਸ਼ਲੀ ਪੋਲੀਟੀਕਲੀ ਔਰ ਕਿਸ ਤਰੀਕੇ ਦੇ ਨਾਲ ਅਸੀਂ ਹਰ ਉਸ ਫੀਲਡ ਦੇ ਵਿੱਚ ਜਾ ਕੇ ਆਪਣੀ ਪਹਿਚਾਣ ਬਣਾਈਏ, ਉਹ ਹਮੇਸ਼ਾ ਤੁਹਾਨੂੰ ਕੈਲੀਫੋਰਨੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਕਹਾਂਗਾ ਕਿ ਨਾ ਕਿ ਸਿਰਫ ਵੈਸਟ ਕੋਸਟ ਦੇ ਵਿੱਚ, ਬਕਾਇਦਾ ਈਸਟ ਕੋਸਟ ਦੇ ਵਿੱਚ, ਆਲ ਓਵਰ ਅਮੈਰੀਕਾ ਦੇ ਵਿੱਚ ਔਰ ਇੰਡੀਆ ਦੇ ਵਿੱਚ, ਕਿਉਂਕਿ ਯੂ ਹੈਵ ਟੂ ਗਿਵ ਬੈਕ ਟੂ ਦੀ ਮਦਰਲੈਂਡ, ਜਿਹੜੀ ਅੱਜ ਸਾਡੀ ਇਹ ਕਰਮ ਭੂਮੀ ਹੈ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਫਲਸਫਾ ਇਹ ਵੀ ਅਪਣਾਇਆ ਕਿ ਕਿਵੇਂ ਮੈਂ ਆਪਣੀ ਜਨਮ ਭੂਮੀ ਨੂੰ ਵੀ ਵਾਪਸ ਆਪਣੀ ਸਰਵਿਸਿਜ਼ ਮੋੜ ਦੇਵਾਂ।
ਉਹ ਹਮੇਸ਼ਾ ਵਚਨਬੰਦ ਰਹੇ। ਅਗਰ ਕਈ ਗੱਲ ਕਿਸੇ ਵੀ ਪ੍ਰੋਗਰਾਮ ਦੀ ਹੁੰਦੀ ਹੈ, ਚਾਹੇ ਉਹ ਪ੍ਰੋਗਰਾਮ ਪੋਲੀਟੀਕਲ ਪ੍ਰੋਗਰਾਮ ਹੋਵੇ, ਕੋਈ ਸੋਸ਼ਲ ਕੌਜ਼ ਲਈ ਪ੍ਰੋਗਰਾਮ ਹੋਵੇ, ਤਾਂ ਸਰਦਾਰ ਦਵਿੰਦਰ ਸਿੰਘ ਬੈਂਸ ਆਪਣੀ ਕੰਟਰੀਬਿਊਸ਼ਨ ਔਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਹਮੇਸ਼ਾ ਉਹਨਾਂ ਪ੍ਰੋਗਰਾਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਕੇ ਸਪੋਰਟ ਕਰਦੇ ਹੋਏ ਨਜ਼ਰ ਆਏ। ਅੱਜ ਪੰਜਾਬ ਪ੍ਰੋਮੀਨੈਂਟ ਸਿੱਖਸ ਨੂੰ ਸਨਮਾਨਿਤ ਵਾਸ਼ਿੰਗਟਨ DC ਵਿਖੇ ਕੀਤਾ ਗਿਆ। ਬਹੁਤ ਮਾਣ ਵਾਲੀ ਗੱਲ ਸੀ ਕਿ ਜਿੱਥੇ ਲਗਭਗ 18 ਕੁ ਕਾਂਗਰਸ ਮੈਨ ਅਤੇ ਵੁਮੈਨ ਉੱਥੇ ਪਹੁੰਚੇ, ਕਈ ਸਾਰੇ US ਰਿਪ੍ਰਜੈਂਟੇਟਿਵਸ ਵੱਖ ਵੱਖ ਅਸੈਂਬਲੀਆਂ ਦੇ ਉੱਥੇ ਪਹੁੰਚੇ, ਜਿਨ੍ਹਾਂ ਨੇ ਆ ਕੇ ਇਸ ਸੈਰੇਮਨੀ ਦਾ ਮਾਣ ਵਧਾਇਆ ਔਰ ਦੱਸਿਆ ਕਿ ਆਖਿਰਕਾਰ ਸਿੱਖਾਂ ਦੀ ਕੰਟਰੀਬਿਊਸ਼ਨ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ ਕੀ ਹੈ। ਮੈਂ ਸਭ ਤੋਂ ਪਹਿਲਾਂ ਇਸ ਮੰਚ ਦੇ ਉੱਤੇ ਨਿੱਘਾ ਸਵਾਗਤ ਕਰਨਾ ਚਾਹੁੰਦਾ ਸਰਦਾਰ ਦਵਿੰਦਰ ਸਿੰਘ ਬੈਂਸ ਹੋਰਾਂ ਦਾ। ਬੈਂਸ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਬਹੁਤ ਮਾਣ ਵੱਧਦਾ ਕਿ ਜਦ ਇਸ ਪੱਧਰ ਦੇ ਪ੍ਰੋਗਰਾਮ ਹੁੰਦੇ ਹਨ ਜਿੱਥੇ ਆਪਣੀ ਰਿਕੋਗਨੀਸ਼ਨ ਅਸੀਂ ਜਾ ਕੇ ਜ਼ਰੂਰ ਦੱਸਦੇ ਹਾਂ, ਲੇਕਿਨ ਸਾਡੀ ਰਿਕੋਗਨੀਸ਼ਨ ਜਦ ਆ ਕੇ ਉੱਥੇ ਪੋਲੀਟੀਸ਼ੀਅਨ ਦੱਸਦੇ ਹਨ ਤਾਂ ਹੋਰ ਮਾਣ ਸਾਡਾ ਵੱਧਦਾ। ਕਿਸ ਤਰੀਕੇ ਦਾ ਤੁਸੀਂ ਮਹਿਸੂਸ ਕਰ ਰਹੇ ਹੋ? ਬਕਾਇਦਾ ਅੱਜ ਤੁਹਾਨੂੰ ਉੱਥੇ ਸਨਮਾਨਿਤ ਕੀਤਾ ਗਿਆ, ਬੁੱਕ ਜਿਹੜੀ ਹੈਗੀ ਹੈ ਉਹ ਬਕਾਇਦਾ ਜਿਹੜੀ ਹੈ ਰਿਲੀਜ਼ ਕੀਤੀ ਗਈ, ਜਿਹਦੇ ਵਿੱਚ ਸਰਦਾਰ ਦਵਿੰਦਰ ਸਿੰਘ ਬੈਂਸ ਹੋਰਾਂ ਨੂੰ ਬਕਾਇਦਾ ਤੌਰ ਦੇ ਉੱਤੇ ਪ੍ਰੋਮੀਨੈਂਟ ਸਿੱਖ ਵਜੋਂ ਜਿਹੜਾ ਉਹ ਸਨਮਾਨਿਤ ਕੀਤਾ ਗਿਆ, ਔਰ ਕਈ ਸਾਰੇ ਅਹਿਮ ਜਿਹੜੇ ਹੋਰ ਵੀ ਸ਼ਖਸੀਅਤਾਂ ਹਨ ਉਹਨਾਂ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਗਿਆ ਸੀਗਾ। ਬਕਾਇਦਾ ਉਹ ਵੀ ਇੱਥੇ ਪਹੁੰਚੀਆਂ ਸੀਗੀਆਂ, ਉਹਨਾਂ ਸ਼ਖਸੀਅਤਾਂ ਨੇ ਵੀ ਆਪਣੇ ਯੋਗਦਾਨ ਬਾਰੇ ਦੱਸਿਆ ਔਰ ਕੀ ਕੁਝ ਸਾਨੂੰ ਇਹਨਾਂ ਪੋਲੀਟੀਸ਼ੀਅਨਸ ਤੋਂ ਜਾਂ ਫਿਰ ਕੀ ਕੁਝ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਵਿੱਚ ਰਹਿ ਕੇ ਸਾਨੂੰ ਕੰਮ ਕਰਨੇ ਚਾਹੀਦੇ ਹਨ। ਇਹ ਬਹੁਤ ਮਾਣ ਸਾਡੇ ਲਈ ਹੋ ਜਾਂਦਾ ਕਿ ਜਦ ਅਜਿਹੇ ਲੈਵਲ ਦੇ ਪ੍ਰੋਗਰਾਮ ਹੁੰਦੇ ਹਨ, ਕਿਉਂਕਿ ਮੈਂ ਸੁਣਿਆ ਕਿ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਇੱਕ ਮੰਚ ਦੇ ਉੱਤੇ ਇਕੱਠਾ ਹੋਣਾ ਜ਼ਰੂਰੀ ਹੈ, ਅਤੇ ਮੈਨੂੰ ਲੱਗਦਾ ਕਿ ਇਹ ਉਹ ਅੱਜ ਮੰਚ ਸੀਗਾ ਜੋ ਬਕਾਇਦਾ ਸਜਾਇਆ ਗਿਆ ਸੀਗਾ, ਜਿਹਦੇ ਵਿੱਚ ਕਈ ਸਾਰੇ ਅਹਿਮ ਲੋਕ ਪਹੁੰਚੇ ਸੀਗੇ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਵਿੱਚੋਂ ਹੀ ਇੱਕ ਹਨ ਸਰਦਾਰ ਦਵਿੰਦਰ ਸਿੰਘ ਬੈਂਸ, ਜਿਨ੍ਹਾਂ ਨੂੰ ਬਕਾਇਦਾ ਅੱਜ ਹਾਊਸ ਆਫ US ਰਿਪ੍ਰਜੈਂਟੇਟਿਵ ਵੱਲੋਂ ਵੀ, ਕਾਂਗਰਸਮੈਨ ਵੱਲੋਂ ਵੀ, ਕੈਵਿਨ ਮੈਕਹਾਰਥੀ ਵੱਲੋਂ ਵੀ ਬਕਾਇਦਾ ਸਨਮਾਨਿਤ ਕੀਤਾ ਗਿਆ। ਤਾਂ ਇਹ ਬਹੁਤ ਮਾਣ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਲਈ ਕਿ ਜਦ ਅਸੀਂ ਆਪਣੀ ਰਿਕੋਗਨੀਸ਼ਨ ਜਾ ਕੇ ਦੱਸਦੇ ਹਾਂ ਔਰ ਉਹ ਵੀ ਸਾਡੀ ਇਸ ਰਿਕੋਗਨੀਸ਼ਨ ਨੂੰ ਸਮਝਦੇ ਹਾਂ। ਮੁੱਦਾ ਅੱਜ ਇਹ ਬਣਦਾ ਹੈ ਕਿ ਅਸੀਂ ਤਾਂ ਉਹਨਾਂ ਨੂੰ ਪਤਾ ਕਿ ਅਸੀਂ ਰਿਚ ਕਮਿਊਨਿਟੀ ਹਾਂ ਐਂਡ ਐਵਰੀ ਪੋਲੀਟੀਸ਼ੀਅਨ ਨੋਜ਼ ਅਬਾਊਟ ਦੈਟ, ਬਟ ਮਸਲਾ ਇਸ ਗੱਲ ਦਾ ਅੱਜ ਬਣਦਾ ਕਿ ਅਸੀਂ ਤਾਂ ਜਾ ਕੇ ਆਪਣੀ ਕੰਟਰੀਬਿਊਸ਼ਨ ਦੇ ਦਿੰਦੇ ਹਾਂ, ਅਸੀਂ ਤਾਂ ਜਾ ਕੇ ਆਪਣੀ ਰਿਕੋਗਨੀਸ਼ਨ ਦੱਸ ਦਿੰਦੇ ਹਾਂ, ਬਟ ਵਟ ਸ਼ੁੱਡ ਵੀ ਗੈਟ ਬੈਕ ਫਰੋਮ ਦੈਮ ਐਂਡ ਵਟ ਸ਼ੁੱਡ ਵੀ ਆਸਕ, ਇਹੀ ਹੈ ਅੱਜ ਦਾ ਮੁੱਦਾ। ਇਸੇ ਦੇ ਉੱਤੇ ਵਿਚਾਰ ਵਟਾਂਦਰਾ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਇਹੀ ਸਵਾਲ ਮੈਂ ਸਰਦਾਰ ਦਵਿੰਦਰ ਸਿੰਘ ਬੈਂਸ ਹੋਰਾਂ ਤੋਂ ਲੈਣਾ ਚਾਹਾਂਗਾ। ਦੇਖੋ ਜੀ, ਬੜਾ ਅਹਿਮ ਮੁੱਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਜਿੱਥੇ ਵੀ ਕੰਟਰੀਬਿਊਸ਼ਨਸ ਦਾ ਸਵਾਲ ਆਉਂਦਾ ਹੈ, ਮੈਂ ਗੱਲ ਕਰ ਰਿਹਾ ਤੁਹਾਡੀ ਫਾਈਨੈਂਸ਼ੀਅਲ ਕੰਟਰੀਬਿਊਸ਼ਨਸ ਦੀ। ਆਪਣੇ ਸਿੱਖ ਜਗਤ ਹਮੇਸ਼ਾ ਅੱਗੇ ਤੋਂ ਅੱਗੇ ਵੱਧ ਕੇ ਸੈਨੇਟਰਸ ਨੂੰ, ਕਾਂਗਰਸਮੈਨਸ ਨੂੰ ਸਿਟੀ ਲੈਵਲ 'ਤੇ ਅਤੇ ਆਪਣੇ ਕਾਉਂਟੀ ਲੈਵਲ 'ਤੇ ਅਸੀਂ ਕਾਫੀ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਵਾਲ ਤੁਹਾਡਾ ਇਹ ਹੈ ਕਿ ਅਸੀਂ ਇਹ ਦਰਅਸਲ ਅਸੀਂ ਗੇਨ ਕੀ ਕਰਨਾ ਚਾਹੁੰਦੇ ਇਹਨਾਂ ਦੇ ਵਿੱਚੋਂ। ਬਹੁਤ ਬਹੁਤ ਅਹਿਮ ਸਵਾਲ ਹੈ। ਦੇਖੋ ਜੀ, ਮੈਂ ਥੋੜ੍ਹਾ ਜਿਹਾ ਪਿੱਛੇ ਤੁਹਾਨੂੰ ਲੈ ਕੇ ਚੱਲਾਂ ਕਿ ਜਿਹੜੀ ਸਾਡੀ ਜਨਰੇਸ਼ਨ ਹੈ, ਜਿੱਦਾਂ ਡਾਕਟਰ ਸਾਹਿਬ ਵੀ ਬੈਠੇ ਨੇ, ਜਿਹੜੀ ਜਨਰੇਸ਼ਨ ਸਾਡੀ ਹੈ, ਸਾਨੂੰ ਇੱਥੇ ਆਇਆਂ ਨੂੰ 30-40 ਸਾਲ ਦੇ ਕਰੀਬ ਹੋ ਚੁੱਕੇ ਨੇ। ਫਸਟ ਜਨਰੇਸ਼ਨ ਨੂੰ ਇੱਥੇ ਆ ਕੇ ਇੰਨਾ ਕੁ ਸਮਾਂ ਲੱਗ ਜਾਂਦਾ ਹੈ ਕਿ ਆਪਣੇ ਪੈਰ ਥੱਲੇ ਜ਼ਮੀਨ 'ਤੇ ਲਾ ਕੇ ਅਤੇ ਬੱਚਿਆਂ ਦੇ ਭਵਿੱਖ ਦੀ ਤਿਆਰੀ ਕੋਈ ਨਾ ਕੋਈ ਕੀਤੀ ਜਾਵੇ। ਅਤੇ ਜਿਹੜੀ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ, ਜਿਹੜੇ ਸਾਡੇ ਬੱਚੇ ਨੇ, ਉਹਨਾਂ ਨੂੰ ਇੱਕ ਅੱਛਾ ਸੁਚੱਜਾ ਪਲੇਟਫਾਰਮ ਬਣਾ ਕੇ ਦੇਣਾ ਹੀ ਇਹ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ। ਹੁਣ I am 60+, ਹੁਣ ਮੈਨੂੰ ਪਤਾ ਹੈ ਕਿ ਐਕਟਿਵਲੀ I can be involved another 20 years, 25 years, ਯੂ ਨੋ, ਪਰਮਾਤਮਾ ਨੇ ਚਾਹਿਆ ਤਾਂ ਮੇ ਬੀ ਫਿਊ ਅਦਰ ਈਅਰਸ। ਪਰ ਜਿਹੜਾ ਸਾਡਾ ਤਜ਼ਰਬਾ ਹੈਗਾ, ਉਹ ਤਜ਼ਰਬਾ ਸਾਨੂੰ ਆਪਣੇ ਯੰਗਸਟਰ ਨੂੰ ਪਾਸ ਕਰਨ ਦੀ ਬਹੁਤ ਜ਼ਰੂਰਤ ਹੈ।
ਕਿਸੇ ਵੀ ਮੁਲਕ ਨੂੰ ਜੇ ਤੁਸੀਂ ਕਿਸੇ ਵਧੀਆ ਡਾਇਰੈਕਸ਼ਨ ਦੇ ਪਾਸ ਲੈ ਕੇ ਜਾਣਾ ਹੈ, ਤੁਹਾਨੂੰ ਯੰਗ ਜਨਰੇਸ਼ਨ ਨੂੰ ਅੱਗੇ ਲੈਣਾ ਬਹੁਤ ਜ਼ਰੂਰੀ ਆ। ਤੁਸੀਂ ਹੁਣ ਦੇਖੋ ਨਾ, ਸਾਡੇ ਕਿੰਨੇ ਮੁੱਦੇ ਨੇ, ਸਾਡੀ ਪੱਗ ਦੀ ਪਛਾਣ, ਸਾਡੀ ਗੁਰਦੁਆਰਿਆਂ ਦੀ ਪਛਾਣ, ਜਾਂ ਸਾਡੀ ਕਮਿਊਨਿਟੀ ਦੀ ਪਛਾਣ। ਇਹ ਪਛਾਣ ਅਸੀਂ ਫਾਈਨੈਂਸ਼ੀਅਲ ਤੌਰ 'ਤੇ ਸੈਨੇਟਰਸ ਨੂੰ ਜਾਂ ਕੰਟਰੀਬਿਊਸ਼ਨ ਕਰਕੇ ਉਹਨਾਂ ਨੂੰ ਅਸੀਂ ਪਹੁੰਚਾ ਸਕਦੇ ਹਾਂ, ਪਰ ਨਾਲ ਦੀ ਨਾਲ ਬੱਚਿਆਂ ਦੇ ਦਾ ਪਲੇਟਫਾਰਮ ਬਣਾ ਕੇ ਉਹਨਾਂ ਨੂੰ ਵੀ ਉਹਨਾਂ ਦੇ ਲੈਵਲ ਤੱਕ ਲੈ ਕੇ ਜਾਣਾ ਹੀ ਇਹ ਸਾਡਾ ਮੁੱਦਾ ਹੈ। ਬਿਲਕੁਲ। ਅਤੇ ਆਪਣੀ ਨੈਕਸਟ ਜਨਰੇਸ਼ਨ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ, ਔਰ ਉਹਨਾਂ ਦੇ ਲਈ ਅਸੀਂ ਕਿਹੜਾ ਪਲੇਟਫਾਰਮ ਕ੍ਰੀਏਟ ਕਰ ਰਹੇ ਹਾਂ, ਔਰ ਕਿਵੇਂ ਅਸੀਂ ਉਹਨਾਂ ਨੂੰ ਵੀ ਇਸ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਲੈ ਕੇ ਜਾ ਸਕਦੇ ਹਾਂ, ਇਹੀ ਬਣਦਾ ਅੱਜ ਦਾ ਮੁੱਦਾ। ਇਸੇ ਦੇ ਉੱਤੇ ਕਰਾਂਗੇ ਵਿਚਾਰ, ਕਈ ਸਾਰੀਆਂ ਸ਼ਖਸੀਅਤਾਂ ਮੇਰੇ ਨਾਲ ਹੋਰ ਵੀ ਜੁੜਨਗੀਆਂ ਇਸ ਮੰਥ ਦੇ ਉੱਤੇ। ਫਿਲਹਾਲ ਮੈਂ ਰੁਕ ਰਿਹਾ ਇੱਕ ਬ੍ਰੇਕ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੇ ਮੁੱਦਾ ਇਸ ਮੰਚ ਦੇ ਵਿੱਚ ਕਈ ਸਾਰੇ ਸ਼ਖਸੀਅਤਾਂ ਨੂੰ ਅਸੀਂ ਲੈ ਕੇ ਆਉਂਦੇ ਹਾਂ। ਦਵਿੰਦਰ ਸਿੰਘ ਬੈਂਸ ਸਾਡੇ ਨਾਲ ਜੁੜੇ ਹੋਏ ਹਨ, ਜਿਹਨਾਂ ਨੂੰ ਅੱਜ ਬਕਾਇਦਾ ਪ੍ਰੋਮੀਨੈਂਟ ਸਿੱਖਸ ਇਨ ਯੂ ਐੱਸ ਏ ਜੋ ਕਿਤਾਬ ਬਕਾਇਦਾ ਰਿਲੀਜ਼ ਕੀਤੀ ਗਈ। ਇਹਦੇ ਵਿੱਚ ਜਿਹੜਾ ਮੈਂ ਦੱਸ ਰਿਹਾ ਸੀਗਾ ਕਿ ਦਵਿੰਦਰ ਸਿੰਘ ਬੈਂਸ ਹੋਰਾਂ ਦਾ ਵੀ ਪੂਰਾ ਜਿਹੜਾ ਬੇਸਿਕਲੀ ਬਾਇਓਗ੍ਰਾਫੀ ਹੈਗੀ ਹੈ ਉਹ ਰਿਲੀਜ਼ ਕੀਤੀ ਗਈ। ਪ੍ਰਭਲੀਨ ਸਿੰਘ ਅਤੇ ਡਾਕਟਰ ਰਾਜਵੰਤ ਸਿੰਘ ਹੋਰਾਂ ਦੀ ਇਸ ਅਗਵਾਈ ਦੇ ਵਿੱਚ, ਇਹਨਾਂ ਦੀ ਮੇਜ਼ਬਾਨੀ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਸੀਗਾ ਕੀਤਾ ਗਿਆ ਸੀਗਾ। ਸਾਡੇ ਨਾਲ ਪ੍ਰਭਲੀਨ ਸਿੰਘ ਵੀ ਜੁੜਨਗੇ, ਪਰ ਸਵਾਲ ਇੱਥੇ ਵੱਡਾ ਇਹ ਬਣ ਰਿਹਾ ਸੀਗਾ ਕਿ ਅਸੀਂ ਇੰਨੇ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਤਾ ਦਿੰਦੇ ਹਾਂ, ਕਾਂਗਰਸਮੈਨ ਕਾਂਗਰਸ ਵੂਮੈਨ ਆ ਵੀ ਜਾਂਦੇ ਹਾਂ, ਲੇਕਿਨ ਅਸੀਂ ਉਹਨਾਂ ਤੋਂ ਕੀ ਮੰਗੀਏ? ਜਦ ਉਹਨਾਂ ਨੂੰ ਚਾਹੀਦਾ ਹੁੰਦਾ ਤਾਂ ਅਸੀਂ ਉਹਨਾਂ ਨੂੰ ਪੂਰੇ ਗੱਫੇ ਭਰ ਕੇ ਉਹਨਾਂ ਦੇ ਹੱਥ 'ਚ ਦਿੰਦੇ ਹਾਂ। ਬਕਾਇਦਾ ਉਹ ਗੱਫੇ ਸਿਰਫ ਪ੍ਰਸ਼ਾਦ ਦੇ ਹੀ ਨਹੀਂ, ਸਗੋਂ ਉਹਨਾਂ ਚੈੱਕਾਂ ਦੇ, ਉਹਨਾਂ ਡਾਲਰਾਂ ਦੇ ਅਸੀਂ ਦਿੰਦੇ ਹਾਂ, ਪਰ ਅਸੀਂ ਉਹਨਾਂ ਤੋਂ ਕੀ ਮੰਗੀਏ? ਮਸਲਾ ਇਸ ਗੱਲ ਦਾ ਬਣਦਾ। ਕਈ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਸੀਗੀਆਂ, ਕਾਂਗਰਸਮੈਨ ਐਮੀ ਬੈਰਾ ਪਹੁੰਚੇ ਸੀਗੇ, ਕਾਂਗਰਸਮੈਨ ਗ੍ਰੈਗ ਸਟੈਂਟਨ ਪਹੁੰਚੇ ਸੀਗੇ, ਕਾਂਗਰਸਮੈਨ ਜੌਨ ਗੈਰਾ ਮੈਂਡੀ ਪਹੁੰਚੇ ਸੀਗੇ। ਅਗਰ ਮੈਂ ਗਲਤ ਪ੍ਰੋਨਾਊਂਸ ਕਰਾਂਗਾ, ਆਈ ਐਮ ਰੀਅਲੀ ਸੋਰੀ ਫੋਰ ਦੈਟ, ਬਟ ਜ਼ਿੰਮੇਵਾਰੀ ਬਣਦੀ ਹੈ ਦੱਸਣਾ ਕਿ ਕੌਣ ਕੌਣ ਉੱਥੇ ਆਇਆ ਸੀਗਾ। ਕਾਂਗਰਸ ਵੂਮੈਨ ਹੈਰੀ ਸਟੀਵਨਸ ਪਹੁੰਚੇ ਸੀਗੇ, ਕਾਂਗਰਸਮੈਨ ਜੌਨ ਪਹੁੰਚੇ ਸੀਗੇ, ਕਾਂਗਰਸਮੈਨ ਰਾਜਾ ਕ੍ਰਿਸ਼ਨ ਮੂਰਤੀ ਬਕਾਇਦਾ ਪਹੁੰਚੇ ਸੀਗੇ, ਕਾਂਗਰਸਮੈਨ ਆਰ ਓ ਖੰਨਾ ਪਹੁੰਚੇ ਸੀਗੇ ਕੈਲੀਫੋਰਨੀਆ ਤੋਂ, ਕਾਂਗਰਸਮੈਨ ਜਯਪਾਲ ਪਹੁੰਚੇ ਸੀਗੇ, ਕਾਂਗਰਸਮੈਨ ਜਿਮ ਖੋਸਟਾ ਪਹੁੰਚੇ ਸੀਗੇ, ਕਾਂਗਰਸਮੈਨ ਜੈਰੀ ਮੈਕਨੈਰੀ ਪਹੁੰਚੇ ਸੀਗੇ, ਕਾਂਗਰਸ ਵੂਮੈਨ ਜੂਰੀ ਪਹੁੰਚੇ ਸੀਗੇ, ਕਾਂਗਰਸ ਵੂਮੈਨ ਕੈਰੋਲੀਨ ਬੀ ਮੈਲੋਨੀ ਪਹੁੰਚੇ ਸੀਗੇ, ਫਾਰਮਰ ਕਾਂਗਰਸਮੈਨ ਸਟੀਵਨ ਪਹੁੰਚੇ ਸੀਗੇ, ਰਿਪ੍ਰੈਜੈਂਟੇਟਿਵ ਫਰੋਮ ਕਾਂਗਰਸਮੈਨ ਗਲੈਨ ਥੋਮਸ, ਐਲਿਜ਼ਾਬੈਥ ਐਨ ਯੋਰਡਰ ਫਰੋਮ ਸੈਨੇਟ ਸੁਪਰਿਟੈਂਡੈਂਟਸ ਆਫਿਸ, ਐਂਡ ਕਾਲ ਐਲੀਓਟ ਡੋਨਲਡਸਨ, ਲੈਜਿਸਲੇਟਿਵ ਆਫਿਸ ਆਫ ਸੈਨੇਟਰ। So it was a grave achievement on this book launch that lots of this US representatives and lots of congressmen and women is program da hissa bane sige. So jive main sawal puch raha siga Davinder Singh ji ki what should we expect now after such ceremonies from the dignitaries, those who are coming specially there, jehde utthe aa rahe ne, ki mangna chahida sanu hun? ਸੋ ਜਿੱਦਾਂ ਆਪਾਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀਗੀ ਵੀ ਅਸੀਂ ਤਾਂ ਰਾਹ ਪੱਧਰਾ ਕਰਨਾ ਚਾਹੁੰਦੇ ਸਾਡੀ ਯੰਗ ਜਨਰੇਸ਼ਨ ਦਾ, ਤਾਂ ਕਿ ਯੰਗ ਜਨਰੇਸ਼ਨ ਨੂੰ ਇੱਥੇ ਆ ਕੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪਿਆ ਇੱਥੇ ਆ ਕੇ। ਸ਼ੁਰੂ ਦੇ ਵਿੱਚ ਜਦੋਂ ਆਏ ਸੀ ਇਨ ਅਰਲੀ 60s ਐਂਡ 70s, ਉਦੋਂ ਕੰਮ 'ਤੇ ਲੱਭਣਾ ਬੜੀ ਦੂਰ ਦੀ ਗੱਲ ਹੈ ਸਿੱਖੀ ਸਰੂਪ ਦੇ ਵਿੱਚ, ਅਤੇ ਤੁਹਾਨੂੰ ਬਿਜ਼ਨਸ ਦੀ ਗੱਲ 'ਤੇ ਸੋਚਣਾ ਬੜਾ ਦੂਰ ਸੀਗਾ, ਉਦੋਂ ਕੰਮ ਵੀ ਬੜੀ ਮੁਸ਼ਕਲ ਦੇ ਨਾਲ ਮਿਲਦਾ ਸੀਗਾ। ਸੋ ਅਸੀਂ ਉਹ ਜਿਹੜਾ ਪਿੰਡ ਆਏ ਉਹ ਅਸੀਂ ਤੈਅ ਅਸੀਂ ਕਰ ਲਿਆ ਹੈ, ਉਹ ਜਿਹੜਾ ਰਾਹ ਹੈ ਅਸੀਂ ਬੱਚਿਆਂ ਦੇ ਲਈ ਉਹਨੂੰ ਕੀ ਕਹਿੰਦੇ ਹੁੰਦੇ ਆ ਵੀ ਜਿੱਦਾਂ ਜ਼ਿਮੀਂਦਾਰ ਪਹਿਲਾਂ ਕਣਕ ਬੀਜਣ ਤੋਂ ਪਹਿਲਾਂ ਸੁਆਗਾ ਕਰਦਾ ਹੈਗਾ ਵੀ ਜ਼ਮੀਨ ਸਾਫ਼ ਕਰਦਾ, ਉਹ ਸਾਰਾ ਕੁਛ ਅਸੀਂ ਕਰ ਚੁੱਕੇ ਹਾਂ। ਹੁਣ ਸੜਕ ਅਸੀਂ ਬੱਚਿਆਂ ਵਾਸਤੇ ਵਿਛਾ ਦਿੱਤੀ ਹੈ, ਉਹਦੀ ਜਿਹੜੀ ਅਪਰੋਚ ਬੱਚਿਆਂ ਨੂੰ ਅਸੀਂ ਦੇਣੀ ਚਾਹੁੰਦੇ ਹਾਂ ਵੀ ਬੱਚੇ ਆਪਣੇ ਤਿਆਰ ਹੋ ਕੇ ਤਿਆਰ ਬਰ ਆ ਕੇ ਇੰਟਰਸਟ ਲੈ ਕੇ, ਬੱਚਿਆਂ ਨੂੰ ਡਾਕਟਰ ਬਣਨਾ ਵੀ ਜ਼ਰੂਰੀ ਹੈ, ਇੰਜੀਨੀਅਰ ਬਣਨਾ ਵੀ ਜ਼ਰੂਰੀ ਹੈ, ਕਿਉਂਕਿ ਹਰ ਖਿੱਤੇ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇਸ ਕੰਮ 'ਚ ਅੱਗੇ ਆਉਣ, ਸਾਡੀ ਬੱਚੀਆਂ ਸਾਡੇ ਬੱਚੇ ਸਿੱਖੀ ਸਰੂਪ ਦੇ ਵਿੱਚ ਅੱਗੇ ਆਉਣ। ਕਿਉਂਕਿ ਜਿਹੜੀ ਕਿਤਾਬ ਕੱਢੀ ਗਈ ਹੈ 550ਵੇਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦੇ ਉੱਪਰ ਉਸ ਨੂੰ ਸਮਰਪਿਤ ਕੀਤੀ ਗਈ ਹੈ, ਅਤੇ ਉਹਦਾ ਮੈਸੇਜ ਗੁਰੂ ਨਾਨਕ ਪਾਤਸ਼ਾਹ ਦਾ ਇਹੀ ਹੈ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਵੋ। ਅਸੀਂ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਰਹਿ ਲਈਏ, ਸਾਨੂੰ ਮਨੁੱਖਤਾ ਦੇ ਨਾਲ ਪਿਆਰ ਜੋ ਸਾਨੂੰ ਬਾਬਾ ਨਾਨਕ ਨੇ ਸਿਖਾਇਆ ਅਸੀਂ ਉਹਨੂੰ ਲੈ ਕੇ ਅੱਗੇ ਚੱਲਣਾ ਹੈ, ਔਰ ਇਹ ਤਾਂ ਹੀ
ਪੋਸੀਬਲ ਹੋ ਸਕਦਾ ਹੈ ਕਿ ਅਸੀਂ ਜੇ ਬੱਚਿਆਂ ਨੂੰ ਇਸ ਲੈਵਲ 'ਤੇ ਸਿੱਖੀ ਸਰੂਪ ਦੇ ਨਾਲ ਬੱਚਿਆਂ ਨੂੰ ਇਸ ਲੈਵਲ 'ਤੇ ਲੈ ਕੇ ਆਈਏ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਜਾਏ, ਕਿਸੇ ਸਿੱਖ ਨੂੰ ਦੇਖ ਕੇ ਬੱਚਿਆਂ ਨੂੰ ਪਤਾ ਲੱਗ ਜਾਏ ਉਹ ਸਿੱਖ ਚੱਲਿਆ ਜਾ ਰਿਹਾ, ਮੈਂ ਉਹ ਸਿੱਖ ਵਰਗਾ ਬਣਨਾ ਹੈ। ਪਰ ਕਿਡਸ ਨੀਡਸ ਟੂ ਬੀ ਅੰਬੈਸਡਰ, ਯੈਸ ਦੇ ਡੂ ਨੀਡ ਟੂ ਗੈਟ ਇਨਵੋਲਵ ਇਨ ਟੂ ਦ ਪੋਲੀਟਿਕਸ, ਕਿਉਂਕਿ ਯੂ ਨੋ ਵੰਸ ਵੀ ਗੈਟ ਇਨ ਟੂ ਦ ਪੋਲੀਟਿਕਸ ਆਫ ਦਿਸ ਕੰਟਰੀ ਦੈਨ ਵੀ ਕੈਨ ਮੇਕ ਸਮ ਅਦਰ ਚੇਂਜਿਸ ਦੈਟ ਵੀ ਹੈਵ ਬੀਨ ਫਾਈਟਿੰਗ ਫੋਰ ਈਅਰਸ ਐਂਡ ਏਜਸ ਐਂਡ ਏਜਸ। ਦੈਟਸ ਅ ਮੇਨ ਕੁਐਸਚਨ, ਔਰ ਅਸੀਂ ਉਹਨਾਂ ਦੇ ਲਈ ਉਹ ਪਲੈਟਫਾਰਮ ਕ੍ਰੀਏਟ ਕਰ ਸਕਦੇ ਹਾਂ। ਅਤੇ ਸਵਾਲ ਇੱਥੇ ਹੋਰ ਵੀ ਬਣਦੇ ਹਨ। ਪ੍ਰਭਲੀਨ ਸਿੰਘ ਬਕਾਇਦਾ ਜੋ ਕਿ ਪਟਿਆਲਾ ਤੋਂ ਵਿਰਾਜਮਾਨ ਹੋਏ ਆ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਨੇ ਬਕਾਇਦਾ ਪ੍ਰੋਗਰਾਮ ਨੂੰ ਔਰਗਨਾਈਜ਼ ਵੀ ਕੀਤਾ, ਔਰ ਅੱਜ ਸਾਡੇ ਨਾਲ ਵੀ ਇਸ 'ਤੇ ਤਸ਼ਰੀਫ ਫਰਮਾਨ ਹੋਣਗੇ ਥੋੜ੍ਹੀ ਦੇਰ ਦੇ ਵਿੱਚ, ਉਹਨਾਂ ਨਾਲ ਵੀ ਅਸੀਂ ਤੁਹਾਨੂੰ ਰਾਬਤਾ ਕਾਇਮ ਕਰਵਾਵਾਂਗੇ। ਪਰ ਸਵਾਲ ਵੱਡਾ ਇੱਥੇ ਇਹੀ ਬਣਦਾ ਕਿ ਪੋਲੀਟੀਸ਼ੀਅਨਸ ਦੇ ਲਈ ਅਸੀਂ ਇੰਨੇ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਦੇ ਹਾਂ, ਠੀਕ ਹੈ ਅਸੀਂ ਆਪਣੀ ਰਿਕੋਗਨੀਸ਼ਨ ਵਿਖਾਉਣਾ ਚਾਹੁੰਦੇ ਹਾਂ, ਪਰ ਅਸੀਂ ਉਹਨਾਂ ਤੋਂ ਵਾਪਸ ਕੀ ਮੰਗੀਏ ਔਰ ਅਸੀਂ ਕੀ ਕੁਝ ਲੈ ਸਕਦੇ ਹਾਂ? ਦਵਿੰਦਰ ਸਿੰਘ ਜੀ, ਜਦ ਸਵਾਲ ਮੰਗਣ ਦਾ ਹੁੰਦਾ ਹੈ ਅਤੇ ਅੱਜ ਵਿਸ਼ਵ ਦੇ ਵਿੱਚ ਮੈਂ ਅਗਰ ਗੱਲ ਕਰਾਂ ਤਾਂ ਅਸੀਂ ਹਮੇਸ਼ਾ ਦੇਣਾ ਸਿੱਖਿਆ ਔਰ ਲੈਣਾ ਨਹੀਂ ਸਿੱਖਿਆ, ਪਰ ਸਾਨੂੰ ਅਮੈਰੀਕਾ ਦੇ ਵਿੱਚ ਅੱਜ ਰਹਿ ਕੇ ਜਿੱਥੇ ਅਸੀਂ ਦੇ ਰਹੇ ਹਾਂ ਉਹਨਾਂ ਨੂੰ ਡਾਲਰ ਕੱਢ ਕੇ ਚੈੱਕ ਲਿਖ ਕੇ ਦੇ ਰਹੇ ਹਾਂ, ਸਾਨੂੰ ਕੀ ਮੰਗਣਾ ਚਾਹੀਦਾ ਕਿ ਘੱਟੋ ਘੱਟ ਸਾਡਾ ਨਹੀਂ ਕੌਮ ਦਾ ਹੀ ਫਾਇਦਾ ਹੋ ਜਾਏ? ਪਹਿਲੀ ਗੱਲ ਤਾਂ ਅਸੀਂ ਇੱਥੇ ਚੱਲੀਏ ਕਿ ਸਾਨੂੰ ਮੰਗਣਾ ਨਹੀਂ ਚਾਹੀਦਾ, ਸਾਨੂੰ ਹੱਕ ਲੈਣਾ ਚਾਹੀਦਾ ਹੈ। ਰਾਈਟ। ਸੋ ਜਿਹੜਾ ਪਲੈਟਫਾਰਮ ਅਸੀਂ ਤਿਆਰ ਕਰ ਰਹੇ ਹਾਂ, ਅਸੀਂ ਬੱਚਿਆਂ ਨੂੰ ਤਿਆਰ ਕਰਕੇ ਤੁਹਾਨੂੰ ਅਸੀਂ ਆਪਣਾ ਹੱਕ ਲੈਣ ਦਾ ਤੁਹਾਨੂੰ ਇੱਕ ਪਲੈਟਫਾਰਮ ਤਿਆਰ ਕਰਕੇ ਦੇ ਰਹੇ ਹਾਂ। ਹੱਕ ਕਿੱਦਾਂ ਲੈਣੇ ਤੁਹਾਨੂੰ? ਯੂ ਨੀਡ ਟੂ ਬੀ ਇਲੈਕਟਡ ਕਾਂਗਰਸ, ਯੂ ਨੀਡ ਟੂ ਬੀ ਇਲੈਕਟਡ ਸੈਨੇਟਰ, ਯੂ ਨੀਡ ਟੂ ਬੀ ਇਲੈਕਟਡ ਇਨ ਲੋਕਲ ਸਿਟੀ ਪੋਲੀਟੀਸ਼ੀਅਨਸ ਐਂਡ ਵਟ ਨਾਟ। ਉਹ ਦਿਨ ਦੂਰ ਨੇ ਜੇ ਬੱਚਿਆਂ ਨੂੰ ਇਹ ਅਸੀਂ ਪਲੈਟਫਾਰਮ ਬਣਾ ਕੇ ਦੇ ਦਈਏ, ਜਿਹੜੀ ਇਹਨਾਂ ਦੀ ਅੱਗੇ ਜਨਰੇਸ਼ਨ ਆਊਗੀ, ਵੀ ਕੈਨ ਸੀ ਐਜ਼ ਦ ਪ੍ਰੈਜ਼ੀਡੈਂਟ ਆਫ ਗ੍ਰੇਟ ਕੰਟਰੀ ਆਫ ਯੂਨਾਈਟਿਡ ਸਟੇਟਸ ਐਟ ਵਨ ਆਫ ਆਰ ਕਿਡਸ ਐਜ਼ ਅ ਪ੍ਰੈਜ਼ੀਡੈਂਟ। ਆਫਕੋਰਸ, ਅਤੇ ਜਿੱਥੇ ਬੱਚਿਆਂ ਦੀ ਗੱਲ ਹੋ ਰਹੀ ਹੈ, ਅੱਜ ਬੜੇ ਫਕਰ ਵਾਲੀ ਗੱਲ ਹੈ ਵੀ ਹੈ ਕਿ ਬਲਕਿ ਸਿਰਫ ਦਵਿੰਦਰ ਸਿੰਘ ਬੈਂਸ ਹੀ ਨਹੀਂ ਸਗੋਂ ਉਹਨਾਂ ਦਾ ਪੂਰਾ ਪਰਿਵਾਰ ਅੱਜ ਪਹੁੰਚਿਆ ਸੀਗਾ, ਔਰ ਪਰਿਵਾਰ ਦੀ ਜਦ ਮੈਂ ਗੱਲ ਕਰਦਾ ਤਾਂ ਉਹਨਾਂ ਦੇ ਬੱਚੇ ਖਾਸ ਤੌਰ ਦੇ ਉੱਤੇ ਮੈਂ ਅੰਮ੍ਰਿਤ ਕੌਰ ਬੈਂਸ ਜੀ ਹੋਰਾਂ ਦਾ ਜ਼ਰੂਰ ਇੱਥੇ ਨਾਂ ਲੈਣਾ ਚਾਹਾਂਗਾ, ਕਿਉਂਕਿ ਜਦ ਇੱਕ ਸ਼ਖਸੀਅਤ ਅੱਗੇ ਪਹੁੰਚਦੀ ਹੈ ਤਾਂ ਕਿੱਥੇ ਨਾ ਕਿੱਥੇ ਇੱਕ ਮਾਂ ਦਾ, ਇੱਕ ਵਾਈਫ ਦਾ ਕਿਰਦਾਰ ਜਿਹੜਾ ਹੈਗਾ, ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਸੀਗਾ, ਸੋ ਕਿਉਂ ਮੰਦਾ ਕੀਏ ਜਿੱਤ ਜੰਮੇ ਰਾਜਾਨ, ਅਤੇ ਇਹ ਸਿਧਾਂਤ ਵੀ ਉਹਨਾਂ ਦੇ ਬਿਨਾਂ ਅਧੂਰਾ ਰਹਿੰਦਾ। ਜਿੱਥੇ ਅਸੀਂ ਅੱਜ ਵੱਡੇ ਪੱਧਰ 'ਤੇ ਅੱਗੇ ਵੱਧ ਰਹੇ ਹਾਂ, ਅਤੇ ਮੈਨੂੰ ਲੱਗਦਾ ਕਿ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਉਹਨਾਂ ਨੂੰ ਵੀ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਹਿੱਸਾ ਬਣਨ ਦੀ ਲੋੜ ਹੈਗੀ ਹੈ। ਦਵਿੰਦਰ ਸਿੰਘ ਬੈਂਸ ਹੋਰਾਂ ਦਾ ਪਰਿਵਾਰ, ਉਹਨਾਂ ਦੇ ਬੱਚੇ ਅੱਜ ਮੇਰੇ ਨਾਲ ਰਾਬਤਾ ਕਾਇਮ ਕਰਨਗੇ, ਉਹ ਕਿਸ ਤਰੀਕੇ ਦੀ ਸੋਚ ਰੱਖਦੇ ਹਨ ਕਿ ਜਦ ਘਰ ਦਾ ਮੁਖੀਆ ਅਗਰ ਅਜਿਹੀ ਗੱਲ ਸੋਚਦਾ ਤਾਂ ਘਰ ਦੇ ਬੱਚੇ ਕੀ ਸੋਚਦੇ ਹੋਣਗੇ, ਔਰ ਉਹ ਕੀ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਹਨ, ਐਂਡ ਵਟ ਐਲਸ ਦੇ ਗੋਨਾ ਗਿਵ ਬੈਕ ਟੂ ਦ ਕਮਿਊਨਿਟੀ। ਇਹੀ ਹੈ ਅੱਜ ਦਾ ਮੁੱਦਾ, ਕਰਾਂਗੇ ਇਸ ਉੱਤੇ ਵਿਚਾਰ ਵਟਾਂਦਰਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਪ੍ਰੋਮੀਨੈਂਟ ਸਿੱਖਸ ਆਫ ਯੂ ਐਸ ਏ ਜੀ ਦੀ ਗੱਲ ਅਸੀਂ ਕਰ ਰਹੇ ਹਾਂ, ਇਸ ਕਿਤਾਬ ਦੀ ਬਕਾਇਦਾ ਜਿਹਨੂੰ ਅੱਜ ਰਿਲੀਜ਼ ਕੀਤਾ ਗਿਆ, ਮੇਜ਼ਬਾਨੀ ਕੀਤੀ ਸੀਗੀ ਇਸ ਪ੍ਰੋਗਰਾਮ ਦੀ, ਔਰ ਇਸ ਬੁੱਕ ਨੂੰ ਲਾਂਚ, ਇਸ ਬੁੱਕ ਦੇ ਜਿਹੜੇ ਅਸੀਂ ਐਡੀਟਰ ਕਹੀਏ ਉਹ ਅੱਜ ਮੇਰੇ ਨਾਲ ਮੌਜੂਦ ਨੇ ਇਸ ਮੰਚ ਦੇ ਉੱਤੇ, ਪ੍ਰਭਲੀਨ ਸਿੰਘ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਰਾਬਤਾ ਰੱਖਦੇ ਹਨ, ਐਡਮਿਨਿਸਟ੍ਰੇਟਿਵ ਆਫਿਸਰ ਹਨ ਔਰ ਡਾਕਟਰੇਟ ਹੈਗੀ ਹੈ ਇਹਨਾਂ ਦੀ, ਔਰ ਜਦ ਗੱਲ ਮੈਨੇਜਰੀਅਲ ਸਕਿੱਲਸ ਦੀ ਹੁੰਦੀ ਹੈ ਔਰ ਪ੍ਰੋਮੀਨੈਂਟ ਸਿੱਖਸ ਨੂੰ ਦਰਸਾਉਣ ਦੀ ਹੁੰਦੀ ਹੈ ਤਾਂ ਪਹਿਲਾਂ ਵੀ ਇਹ ਕਿਤਾਬ ਰਿਲੀਜ਼ ਕਰ ਚੁੱਕੇ ਹਨ, ਅਤੇ ਹੁਣ ਇਹ ਸੈਕਿੰਡ ਐਡੀਸ਼ਨ ਇਹਨਾਂ ਦਾ ਹੈਗਾ, ਜਿਸ ਐਡੀਸ਼ਨ ਦੇ ਵਿੱਚ ਈਸਟ ਕੋਸਟ ਦੇ ਵਿੱਚ ਇਸ ਕਿਤਾਬ ਨੂੰ ਅੱਜ ਰਿਲੀਜ਼ ਕੀਤਾ ਗਿਆ, ਔਰ ਇਹ ਕਿਤਾਬ 3 ਫਰਵਰੀ ਨੂੰ ਵੈਸਟ ਕੋਸਟ ਦੇ ਵਿੱਚ ਰਿਲੀਜ਼ ਹੋਵੇਗੀ ਸੈਕਰਾਮੈਂਟੋ ਦੇ ਵਿੱਚ। ਅਤੇ ਪ੍ਰਭਲੀਨ, ਮੈਂ ਤੁਹਾਡਾ ਸਵਾਗਤ ਕਰਦਾ ਇਸ ਮੰਚ ਦੇ ਉੱਤੇ। ਸੋ ਸਭ ਤੋਂ ਪਹਿਲਾਂ ਕੰਗਰੈਚੁਲੇਸ਼ਨ ਫੋਰ ਦਿਸ ਬੁੱਕ, ਐਂਡ ਕੀ ਇੰਸਪੀਰੇਸ਼ਨ ਸੀਗੀ, ਕੀ ਇਹਦੇ ਪਿੱਛੇ ਮਕਸਦ ਸੀਗਾ, ਐਂਡ ਵਟ ਯੂ ਵਾਂਟ ਟੂ ਯੂ ਨੋ ਟੈਲ ਟੂ ਦੀ ਕਮਿਊਨਿਟੀ? ਮੈਂ ਇਸ ਤੋਂ ਪਹਿਲਾਂ ਜਦੋਂ ਪ੍ਰੋਮੀਨੈਂਟ ਸਿੱਖਸ ਆਫ ਇੰਡੀਆ ਕਿਤਾਬ ਕਰਨ ਦੀ ਸੋਚੀ ਸੀ, ਉਹਦੇ ਪਿੱਛੇ ਇੱਕੋ ਇੱਕ ਮਕਸਦ ਸੀ, ਮੈਂ ਬੜਾ ਫ੍ਰੀਕੁਐਂਟਲੀ ਟਰੈਵਲ ਕਰਦਾ ਰਹਿੰਦਾ ਸੀ
ਤੇ ਜਦੋਂ ਵੀ ਕਿਸੇ ਆਊਟ ਆਫ ਪੰਜਾਬ ਦੀ ਸਟੇਟ ਦੇ ਯੂਥ ਨਾਲ ਮੈਂ ਇੰਟਰੈਕਟ ਕਰਦਾ ਸੀ ਤਾਂ ਸਾਰਿਆਂ ਨੂੰ ਇਹੀ ਸੀਗਾ ਵੀ ਸਿੱਖ ਬਹਾਦਰ ਕੌਮ ਹੈ, ਸਿੱਖ ਬਹਾਦਰ ਕੌਮ ਹੈ। ਕਿਸੇ ਨੂੰ ਨਹੀਂ ਪਤਾ ਸੀ ਵੀ ਸਿੱਖ ਬੜੇ ਇੰਟੈਲੀਜੈਂਟ ਡਾਕਟਰਸ ਵੀ ਨੇ, ਬੜੇ ਇੰਟੈਲੀਜੈਂਟ ਐਂਟਰਪ੍ਰਨਰ ਵੀ ਨੇ, ਬੜੇ ਇੰਟੈਲੀਜੈਂਟ ਫਿਲੈਂਥਰੋਪਿਸਟ ਵੀ ਨੇ। ਹਰ ਫੀਲਡ ਦੇ ਵਿੱਚ ਅਸੀਂ ਐਕਸੈਲ ਕੀਤਾ, ਬਟ ਨੋਬਡੀ ਵਾਜ਼ ਅਵੇਅਰ ਅਬਾਊਟ ਦੈਟ। ਜਦੋਂ ਮੈਂ ਰਿਸਰਚ ਸ਼ੁਰੂ ਕੀਤੀ 50 ਪ੍ਰੋਮੀਨੈਂਟ ਸਿੱਖਸ ਆਫ ਇੰਡੀਆ ਦੀ, ਤਾਂ ਮੈਨੂੰ ਵੀ ਨਹੀਂ ਇੰਨੇ ਪਤਾ ਸੀ। ਮੈਂ ਹਰ ਸਟੇਟ 'ਚ ਕੋਸ਼ਿਸ਼ ਕੀਤੀ ਵੀ ਟੌਪ ਦਾ ਜਿਹੜਾ ਸਿੱਖ ਕੋਈ ਅੱਛਾ ਕੰਮ ਕਰ ਰਿਹਾ ਉਹਨੂੰ ਮੈਂ ਕੰਸਿਡਰ ਕਰਾਂ। ਔਰ ਜਦੋਂ ਮੈਂ ਰਿਸਰਚ ਕਰਦਾ ਗਿਆ ਤਾਂ ਮੇਰੀਆਂ ਆਪਣੀਆਂ ਅੱਖਾਂ ਖੁੱਲੀਆਂ ਵੀ ਸਾਡੇ ਸਿੱਖ ਭਰਾ ਬੀਇੰਗ ਇਨ ਮਾਇਨੋਰਟੀ ਇਹੋ ਜਿਹੀਆਂ ਸਟੇਟਸ 'ਚ ਬੈਠੇ ਇਹੋ ਜਿਹਾ ਕੰਮ ਕਰ ਰਹੇ ਸੀਗੇ ਕਿ ਜਿਹੜੀਆਂ ਕਿਸੇ ਨੂੰ ਵੀ ਨਹੀਂ ਪਤਾ ਸੀਗਾ। ਮੈਂ ਇੱਕ ਕੋਸ਼ਿਸ਼ ਕੀਤੀ ਛੋਟੀ ਜਿਹੀ ਵੀ ਕਿਤਾਬ ਦੇ ਮੀਡੀਅਮ ਦੇ ਰਾਹੀਂ ਉਹਨਾਂ ਦੇ ਜੀਵਨੀਆਂ ਨੂੰ, ਉਹਨਾਂ ਦੇ ਲਾਈਫ ਨੂੰ, ਉਹਨਾਂ ਦੀਆਂ ਸਕਸੈਸ ਸਟੋਰੀਜ਼ ਨੂੰ ਹਾਈਲਾਈਟ ਕਰਨ ਦੀ ਕਿ ਤਾਂ ਕਿ ਜਿਹੜਾ ਸਾਡਾ ਅੱਜ ਦਾ ਯੂਥ ਹੈ, ਜਿਹੜਾ ਸਿੱਖ ਯੂਥ ਹੈ, ਵੀ ਉਹ ਪੜ੍ਹੇ ਉਹਨਾਂ ਦੀਆਂ ਸਕਸੈਸ ਸਟੋਰੀਜ਼ ਨੂੰ ਵੀ ਕਿਵੇਂ ਰੈਕਸ ਤੋਂ ਰਿਚਿਜ਼ ਹੋਏ, ਕਿਵੇਂ ਜ਼ੀਰੋ ਤੋਂ ਹੀਰੋ ਬਣੇ, ਤਾਂ ਕਿ ਉਹਨਾਂ ਨੂੰ ਵੀ ਕੋਈ ਮੋਟੀਵੇਸ਼ਨ ਆਵੇ ਅਤੇ ਬੀਇੰਗ ਮੇਨਟੇਨਿੰਗ ਦੇਅਰ ਸਿੱਖ ਆਈਡੈਂਟੀ, ਵੀ ਜੇ ਇਹ ਲੋਕ ਇੰਨਾ ਰਾਈਜ਼ ਕਰ ਸਕਦੇ ਨੇ ਤਾਂ ਆਪਾਂ ਆਪਣੀ ਆਈਡੈਂਟੀ ਤੋਂ ਕਿਉਂ ਪਿੱਛੇ ਹਟ ਕੇ, ਆਪਾਂ ਬੀਇੰਗ ਇਨ ਸਿੱਖ ਆਈਡੈਂਟੀ ਅਸੀਂ ਵੀ ਬੜਾ ਕੁਛ ਕਰ ਸਕਦੇ ਹਾਂ, ਜ਼ਿੰਦਗੀ ਦੇ ਵਿੱਚ ਰਾਈਜ਼ ਹੋ ਸਕਦੇ ਹਾਂ। ਸਿਰਫ ਇਹੀ ਮੋਟਿਵ ਮੈਂ ਲੈ ਕੇ ਚੱਲਿਆ ਸੀ। ਅਤੇ ਉਸੇ ਦੌਰਾਨ ਜਦੋਂ ਮੈਂ ਦੇਖਿਆ ਵੀ ਆਪਣੇ ਫੋਰਨ ਦੇ ਵਿੱਚ ਵੀ ਜਿਹੜਾ ਸਾਡਾ ਸਿੱਖ ਡਾਇਸਪੋਰਾ ਹੈ ਬੜਾ ਸਟਰੋਂਗ ਹੈ, ਬੜਾ ਐਫੀਸ਼ੈਂਟ ਹੈ, ਅਤੇ ਬੜਾ ਉਹਨਾਂ ਦਾ ਉਹਨਾਂ ਨੇ ਆਪਣੀ ਧਾਕ ਜਮਾਈ ਹੈ ਹਰ ਉਹਦੇ ਕੰਟਰੀ 'ਚ ਜਾ ਕੇ। ਅਤੇ ਮੈਂ ਸੋਚਿਆ ਵੀ ਕਿਉਂ ਨਾ USA 'ਤੇ ਵੀ ਇੱਕ ਮੈਂ ਇਹ ਪ੍ਰੋਜੈਕਟ ਕਰਾਂ, ਉੱਥੇ ਦੇ ਸਿੱਖਾਂ ਨੂੰ ਹਾਈਲਾਈਟ ਕਰੀਏ, ਤਾਂ ਕਿ ਜਿਹੜੇ ਸਾਡੇ ਬੰਦੇ ਦਾ ਐਕਸੋਡਸ ਅੱਜ ਕੱਲ੍ਹ ਸਟੂਡੈਂਟਸ ਦਾ ਬਾਹਰ ਹੋ ਰਿਹਾ, ਵੀ ਉਹ ਵੀ ਥੋੜ੍ਹੀ ਇੰਸਪੀਰੇਸ਼ਨ, ਸੋਰਸ ਆਫ ਇੰਸਪੀਰੇਸ਼ਨ ਉਹਨਾਂ ਨੂੰ ਮਿਲੇ, ਅਤੇ ਇਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਉਹਨਾਂ 'ਚ ਵੀ ਕੋਈ ਕੌਮ ਦੇ ਪ੍ਰਤੀ, ਦੇਸ਼ ਦੇ ਪ੍ਰਤੀ ਕੰਮ ਕਰਨ ਦਾ ਜਜ਼ਬਾ ਪੈਦਾ ਹੋਵੇ। ਮੈਨੂੰ ਇਹ ਦੱਸੋ ਕਿ ਵਟ ਡਿਫਰੈਂਸ ਯੂ ਫੀਲ ਇਨ ਸਿੱਖ ਡਾਇਸਪੋਰਾ ਐਂਡ ਦ ਸਿੱਖਸ ਦੋਜ਼ ਹੂ ਆਰ ਲਿਵਿੰਗ ਇਨ ਇੰਡੀਆ, ਉਹਨਾਂ ਦੇ ਵਿੱਚ ਤੁਹਾਨੂੰ ਕੀ ਡਿਫਰੈਂਸ ਲੱਗਦਾ? ਠੀਕ ਹੈ, ਵੀ ਆਰ ਅ ਸੇਮ ਕਮਿਊਨਿਟੀ, ਬਟ ਡੂ ਯੂ ਥਿੰਕ ਦੇਰ ਇਜ਼ ਅ ਡਿਫਰੈਂਸ? ਯੈਸ, ਦੇਰ ਇਜ਼ ਅ ਡਿਫਰੈਂਸ। ਅਸੀਂ ਜਿਹੜੇ ਇੰਡੀਆ ਦੇ ਵਿੱਚ ਸਿੱਖ ਬੈਠੇ ਹਾਂ, ਸਾਰੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਇੰਡੀਆ ਦੇ ਵਿੱਚ ਹੀ ਹੈ, ਪਰ ਜਿਹੜਾ ਇੰਡੀਆ ਤੋਂ ਬਾਹਰ ਆ ਰਿਹਾ ਬਿਲਕੁਲ ਆਪਣੀਆਂ ਰੂਟਸ ਤੋਂ ਟੁੱਟ ਕੇ ਜਦੋਂ ਫੋਰਨ ਕੰਟਰੀ ਦੇ ਵਿੱਚ ਉਹ ਆ ਕੇ ਇੱਥੇ ਨਵੇਂ ਸਿਰਿਓਂ ਆਪਣੀ ਆਈਡੈਂਟੀ ਨੂੰ ਐਸਟੈਬਲਿਸ਼ ਕਰਦਾ, ਤਾਂ ਇੱਕ ਡਿਫਰੈਂਸ ਇਹ ਹੈ ਕਿ ਆਪਣੀਆਂ ਰੂਟਸ ਤੋਂ ਦੂਰ ਰਹਿ ਕੇ ਉਹ ਇੱਥੇ ਬੀਇੰਗ ਬ੍ਰੈਂਡ ਅੰਬੈਸਡਰ, ਸਿੱਖਇਜ਼ਮ ਦੇ ਬ੍ਰੈਂਡ ਅੰਬੈਸਡਰ ਉਹ ਨੇ, ਆਪਣੀ ਆਈਡੈਂਟੀ ਨੂੰ ਨਾ ਲੂਜ਼ ਕਰਦੇ ਹੋਏ ਉਹ ਆਪਣੇ ਗੁਰੂ ਨਾਨਕ ਸਾਹਿਬ ਨੂੰ ਇਹ ਬੁੱਕ 550 ਸਾਲਾਂ ਨੂੰ ਡੈਡੀਕੇਟਿਡ ਹੈ। ਗੁਰੂ ਨਾਨਕ ਸਾਹਿਬ ਦੇ 3 ਫਲਸਫੇ ਸੀਗੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਸੀਂ ਇੰਡੀਆ ਦੇ ਵਿੱਚ ਬੈਠੇ ਹਾਂ, ਸਾਡੇ ਕੋਲ ਗੁਰਧਾਮ ਵੀ ਆਪਣੇ ਨੇ, ਸਾਰਾ ਕੁਛ ਸਾਡੇ ਕੋਲ, ਹਿਸਟੋਰੀਕਲ ਫੈਕਟਸ ਨੇ ਸਾਡੇ ਕੋਲ, ਸਭ ਕੁਛ ਹੈ। ਪਰ ਜਿਹੜਾ ਬੰਦਾ ਜਦੋਂ ਇੰਡੀਆ ਤੋਂ ਬਾਹਰ ਆ ਗਿਆ, ਉਸ ਲਈ ਆਪਣੀ ਸੁਸਾਇਟੀ ਦੇ ਵਿੱਚ ਇੱਕ ਆਪਣੀ ਧਾਕ ਜਮਾਉਣੀ, ਆਪਣੀ ਆਈਡੈਂਟੀ ਨੂੰ ਐਸਟੈਬਲਿਸ਼ ਕਰਨਾ ਇੱਕ ਬੜਾ ਵੱਡਾ ਚੈਲੰਜ ਹੈ। ਪਰ ਹੈਡਸ ਆਫ ਟੂ ਆਲ ਆਫ ਦੀਸ ਪੀਪਲ ਜਿਹੜੇ ਮੈਂ ਬੁੱਕ 'ਚ ਲਏ ਨੇ, ਆਪਣੇ ਅਤੇ ਆਪਣੇ ਵੈਸਟਡ ਇੰਟਰਸਟ ਤੋਂ ਉੱਪਰ ਉੱਠ ਕੇ ਇਹਨਾਂ ਨੇ ਸੁਸਾਇਟੀ ਦੇ ਲਈ, ਆਪਣੀ ਕਮਿਊਨਿਟੀ ਲਈ ਜੋ ਕੰਮ ਕਰ ਰਹੇ ਨੇ, ਉਹ ਸੱਚੀ ਜੀ ਕਾਬਲੇ ਤਾਰੀਫ ਹੈ। ਅਤੇ ਇੰਨੇ ਚੈਲੰਜਸ ਨੂੰ ਫੇਸ ਕਰਦੇ ਹੋਏ ਵੀ ਉਹਨਾਂ ਨੇ ਆਪਣੀ ਆਈਡੈਂਟੀ ਨੂੰ ਬਰਕਰਾਰ ਰੱਖ ਕੇ ਅਚੀਵਮੈਂਟ ਕੀਤੀ, ਸਕਸੈਸ ਹਾਸਲ ਕੀਤੀ, ਤਾਂ ਉਹ ਇੱਕ ਬੜੀ ਵੱਡੀ ਗੱਲ ਹੈ ਸਾਡੇ। ਸਰਦਾਰ ਦਵਿੰਦਰ ਸਿੰਘ ਬੈਂਸੋਰ ਨੇ ਗੱਲ ਕੀਤੀ ਕਿ ਸਾਨੂੰ ਸਾਡੇ ਹੱਕ ਲੈਣੇ ਪੈਣੇ ਆ, ਅਤੇ ਤੁਹਾਨੂੰ ਕੀ ਲੱਗਦਾ ਕਿ ਸਾਡੇ ਕਿਹੜੇ ਕਿਹੜੇ ਹੱਕ ਨੇ ਜਿਹੜੇ ਸਾਨੂੰ ਲੋੜ ਹੈਗੀ ਹਜੇ ਵੀ ਲੈਣ ਦੀ? ਦੇਖੋ, ਇੱਕ ਤਾਂ ਜਿਹੜਾ ਸਭ ਤੋਂ ਵੱਡੇ ਮੈਨੂੰ ਲੱਗਦਾ ਚੈਲੰਜ ਹੈ, ਆਪਣੀ ਮਿਸ ਆਈਡੈਂਟੀ ਦੇ ਕੇਸਿਸ ਹਾਲੇ ਵੀ USA ਦੇ ਵਿੱਚ ਬਹੁਤ ਹੋ ਰਹੇ ਨੇ। ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਚੀਜ਼ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ ਵੀ ਅਸੀਂ ਕਿਹੜਾ ਮੀਡੀਅਮ ਅਡੋਪਟ ਕਰੀਏ ਤਾਂ ਕਿ ਜਿਹੜਾ ਸਾਡੀ ਮਿਸ ਆਈਡੈਂਟੀ ਸਾਡੀ ਮੁਸਲਿਮ ਕਮਿਊਨਿਟੀ ਦੇ ਨਾਲ ਹੋ ਰਹੀ ਹੈ, ਉਸ ਨੂੰ ਅਸੀਂ ਕਿਵੇਂ, ਉਹ ਇੱਕ ਬੜਾ ਵੱਡਾ ਚੈਲੰਜ ਹੈ। ਔਰ ਉਸ ਦੇ ਲਈ ਮੈਨੂੰ ਲੱਗਦਾ ਜਿਹੜਾ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਮੀਡੀਅਮ ਹੈ ਜਾਂ ਫੇਸਬੁੱਕ ਜੋ ਵੀ ਸਾਡਾ ਅੱਜ ਕੱਲ੍ਹ ਚੱਲ ਰਿਹਾ ਲੇਟੈਸਟ, ਸਾਨੂੰ ਉਹਦੀ ਹੈਲਪ ਲੈਣੀ ਪਏਗੀ, ਅਤੇ ਉਹਦੇ ਲਈ ਸਾਨੂੰ ਸਰਕਾਰਾਂ ਦੀ ਵੀ ਹੈਲਪ ਬਹੁਤ ਚਾਹੀਦੀ ਹੈ। ਪਲੱਸ ਸਾਨੂੰ ਰਿਪ੍ਰਜੈਂਟੇਸ਼ਨ ਹਰ ਸ਼ਹਿਰ, ਹਰ ਡਿਸਟ੍ਰਿਕਟ, ਹਰ ਸਟੇਟ ਦੇ ਵਿੱਚ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਜਦੋਂ ਤੁਸੀਂ ਵੈਨ ਯੂ ਆਰ ਇਨ ਪੋਲੀਟਿਕਸ ਜਾਂ ਤੁਸੀਂ ਕਿਸੇ ਚੇਅਰ 'ਤੇ ਹੋ, ਤਾਂ ਜਦੋਂ ਤੁਹਾਡੀ ਆਮ ਪਬਲਿਕ ਦੇ ਨਾਲ ਡੀਲਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਵੀ ਇਹ ਸਿੱਖ ਹੈ ਅਤੇ ਸਿੱਖਾਂ ਦਾ ਕੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਮੈਂ ਸਕਾਟਲੈਂਡ ਦੇ ਕੁਈਨ ਸਟਰੀਟ ਦੇ ਵਿੱਚ ਘੁੰਮ ਰਿਹਾ ਸੀ ਅਤੇ ਮੈਨੂੰ ਦੂਰੋਂ ਇੱਕ ਲਾਈਨ ਲੱਗੀ ਦਿਖੀ ਜਿਹਦੇ ਵਿੱਚ ਗੋਰੇ ਅਤੇ ਆਪਣੇ ਬਲੈਕ ਪੀਪਲ ਖੜ੍ਹੇ ਸੀਗੇ। ਮੈਂ ਜਦੋਂ ਨੇੜੇ ਗਿਆ ਤਾਂ ਤੁਸੀਂ ਯਕੀਨ ਮੰਨਣਾ, ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਉਸ 'ਤੇ ਲਿਖਿਆ ਸੀ ਗੁਰੂ ਨਾਨਕ ਫਰੀ ਕਿਚਨ, ਅਤੇ ਆਪਣੇ 3 ਖਾਲਸੇ ਜਿਹੜੇ ਨੇ ਉੱਥੇ ਲੰਗਰ ਵਰਤਾ ਰਹੇ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਕੀ ਹੈ, ਉਹ ਕਹਿੰਦੇ ਜਦੋਂ 9/11 ਤੋਂ ਬਾਅਦ ਥੋੜ੍ਹਾ ਜਿਹਾ ਸਾਡੇ 'ਤੇ ਵੀ ਇੱਥੇ ਪ੍ਰੋਬਲਮ ਆਉਣੀ ਸ਼ੁਰੂ ਹੋਣ ਲੱਗੀ ਸੀ, ਤਾਂ ਅਸੀਂ ਜਿੰਨੀ ਵੀ ਸਿੱਖ ਕਮਿਊਨਿਟੀ ਸੀਗੀ ਇੱਥੇ ਬੜੇ ਥੋੜ੍ਹੇ ਨੰਬਰਸ ਦੇ ਵਿੱਚ ਸੀਗੇ, ਵੀ ਅਸੀਂ ਹਰ ਫਰਾਈਡੇ ਇੱਥੇ ਕੁਈਨ ਸਟਰੀਟ ਜਿਹੜੀ ਮੇਨ ਸਟਰੀਟ ਹੈ ਉਹਦੇ 'ਚ ਲੰਗਰ ਲਗਾਉਣਾ ਸ਼ੁਰੂ ਕੀਤਾ।
ਉਹਦਾ ਇੰਪੈਕਟ ਕੀ ਹੋਇਆ? ਉਹ ਪੁੱਛਦੇ ਸੀਗੇ ਵੀ ਤੁਸੀਂ ਇੰਨੀ ਚੈਰਿਟੀ ਦਾ ਪੈਸਾ ਕਿੱਥੋਂ ਆਉਂਦਾ, ਕੀ ਕਰਦੇ ਹੋ? ਫਿਰ ਉਹ ਕਹਿੰਦੇ ਸੀ, ਉਹਨਾਂ ਦੱਸਦੇ ਸੀ ਵੀ ਆਰ ਅ ਸਿੱਖ ਅਤੇ ਸਾਡੇ ਸਿੱਖ ਟੈਂਪਲ ਹੈ, ਤੁਸੀਂ ਆਓ। ਉਹ ਫਿਰ ਵਿਜ਼ਿਟ ਕਰਦੇ ਸੀ, ਕਹਿੰਦੇ ਉਹ ਦਿਨ ਤਾਂ ਅੱਜ ਦਿਨ ਆ ਗਿਆ, 9 ਸਾਲ ਹੋ ਗਏ ਸੀ ਉਸ ਗੱਲ ਨੂੰ ਵੀ ਸਾਡੇ ਨਾਲ ਕੋਈ ਇੱਦਾਂ ਦਾ ਰੇਸਿਜ਼ਮ ਦਾ ਕੇਸ ਨਹੀਂ ਹੋਇਆ। ਪ੍ਰਬਲੀਨ, ਕਈ ਸਾਰੇ ਹੋਰ ਵੀ ਸਾਡੇ ਜਿਹੜੇ ਪ੍ਰੋਮੀਨੈਂਟ ਸਿੱਖ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ, ਬਕਾਇਦਾ ਤੁਸੀਂ ਕਿਤਾਬ ਰਿਲੀਜ਼ ਕੀਤੀ, ਡੂ ਯੂ ਥਿੰਕ ਕਿ ਇਹੀ 50 ਸਿੱਖ ਜਿਹੜੇ ਸਿੱਖ ਸੀਗੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਸੀਗੀ ਅਮੈਰੀਕਾ ਦੇ ਵਿੱਚ, ਜਾਂ ਫਿਰ ਹੋਰ ਵੀ ਤੁਹਾਨੂੰ ਲੱਗਦਾ ਕਿ? ਨਹੀਂ, ਇੱਥੇ ਹਜ਼ਾਰਾਂ ਹੀ ਹੋਰ ਪ੍ਰੋਮੀਨੈਂਟ ਸਿੱਖ ਨੇ। ਇਹ ਉਹ ਸਿੱਖ ਨੇ ਜਿਹੜੇ ਜਿਹੜੇ ਸਾਡੇ ਸਫੀਅਰ ਦੇ ਵਿੱਚ ਆਏ, ਜਿਨ੍ਹਾਂ ਨੂੰ ਅਸੀਂ ਅਪਰੋਚ ਕਰ ਸਕੇ, ਬਟ ਹੋਰ ਵੀ ਬਹੁਤ ਪ੍ਰੋਮੀਨੈਂਟ ਸਿੱਖਸ ਨੇ। ਇਹ ਸਿਰਫ ਇਹਦਾ ਇੱਕੋ ਇੱਕ ਮਕਸਦ ਸੀਗਾ ਵੀ ਜਿਹੜੀ ਸਿੱਖ ਆਈਡੈਂਟੀ ਹੈ ਉਹਨੂੰ ਅਸੀਂ ਪੋਜ਼ਿਟਿਵ ਲਾਈਟ ਦੇ ਵਿੱਚ ਸ਼ੋਅ ਕਰੀਏ। ਕ੍ਰਿਟਿਸਿਜ਼ਮ ਵੀ ਹੁੰਦਾ ਹਰ ਚੀਜ਼ ਦਾ, ਸਾਰਾ ਕੁਝ ਹੁੰਦਾ, ਬਟ ਸਿਰਫ ਸਾਡਾ ਮੇਨ ਮੋਟਿਵ ਇਹੀ ਸੀ ਵੀ ਅਸੀਂ ਪੋਜ਼ਿਟਿਵ ਲਾਈਟ 'ਚ ਸਿੱਖ ਆਈਡੈਂਟੀ ਸ਼ੋਅ ਕਰੀਏ, ਸਕਸੈਸ ਸਟੋਰੀਜ਼ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ, ਤਾਂ ਕਿ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਉਹਨਾਂ ਦੇ ਕੰਟਰੀਬਿਊਸ਼ਨ ਨੂੰ ਐਪਰੀਸ਼ੀਏਟ ਕੀਤਾ ਜਾਏ, ਰਿਕੋਗਨਾਈਜ਼ ਕੀਤਾ ਜਾਏ, ਸੈਲੀਬ੍ਰੇਟ ਕੀਤਾ ਜਾਏ। ਜਿਹੜੇ ਨਾਰਾਜ਼ ਹੋ ਗਏ ਉਹਨਾਂ ਨੂੰ ਕਿਵੇਂ ਮਨਾਉਂਗੇ ਹੁਣ? ਨਹੀਂ, ਅਸੀਂ ਕਿਸੇ ਨੂੰ ਕੋਈ ਇੱਦਾਂ ਨਾਰਾਜ਼ਗੀ ਵਾਲਾ ਕੋਈ ਅਸੀਂ ਕੰਮ ਨਹੀਂ ਕੀਤਾ। ਮੈਂ ਤੁਹਾਨੂੰ ਕਲੀਅਰ ਕੀਤਾ ਵੀ ਜਿੰਨੇ ਵੀ ਸਾਡੇ ਸਫੀਅਰ ਦੇ ਵਿੱਚ ਸੀ, ਸਾਡੀ ਸਰਕਲ ਦੇ ਵਿੱਚ ਆ ਸਕੇ ਡਿਊਰਿੰਗ ਰਿਸਰਚ, ਜਿਨ੍ਹਾਂ ਨਾਲ ਅਸੀਂ ਕੰਟੈਕਟ ਅਸਟੈਬਲਿਸ਼ ਕਰ ਸਕੇ, ਉਹਨਾਂ ਨੂੰ ਅਸੀਂ ਲੈ। ਸਾਡੀ ਇੱਕੋ ਇੱਕ ਉਹ ਸੀਗੀ ਵੀ ਅਸੀਂ 50 ਸਿੱਖ ਹੀ ਲੈਣੇ ਸੀਗੇ, ਇਸ ਤੋਂ ਵੱਧ ਹੋ ਸਕਦਾ ਸੀ, ਕਿਉਂਕਿ ਅਸੀਂ ਇਹ ਲੈ ਕੇ ਚੱਲੇ ਹਾਂ ਜੀ ਵੀ 550 ਸਾਲਾਂ ਨੂੰ ਸਮਰਪਿਤ ਸੀ। ਪਹਿਲੀ ਬੁੱਕ ਦੇ ਵਿੱਚ ਵੀ 56 ਦਾ ਪ੍ਰੋਫਾਈਲ ਲਿਆ ਸੀ। 550 ਇਕੱਠੇ ਕਰਨੇ ਤਾਂ ਬੜੀ ਮੁਸ਼ਕਿਲ ਹੋ ਜਾਂਦੀ। ਨਹੀਂ, ਮੁਸ਼ਕਿਲ ਨਹੀਂ ਹੋ ਜਾਣੀ ਸੀ, ਉਹ ਬੁੱਕ ਦੀ ਜਿਹੜੀ ਵੈਲਿਊ ਅਤੇ ਗ੍ਰੇਸ ਹੈ ਉਹ ਫਿਰ ਖਤਮ ਹੋ ਜਾਂਦੀ ਹੈ। ਲੋਕ ਸਮਝਦੇ ਨੇ ਇੱਕ ਤਾਂ ਕੈਰੀ ਕਰਨੀ ਬੜੀ ਮੁਸ਼ਕਿਲ ਹੈ, 50 ਦੇ ਨਾਲ ਸਕਸੈਸ ਸਟੋਰੀਜ਼ ਦੇ ਨਾਲ ਤੁਸੀਂ ਕੈਰੀ ਕਰਨਾ ਈਜ਼ੀ ਹੈ, ਤੇ ਬੁੱਕ ਬਣਾਣੀ ਬੜੀ ਇਹਦੇ ਚ। ਔਨ 3rd ਫੈਬ ਯੂ ਹੈਵ ਅ ਨੈਕਸਟ ਇਵੈਂਟ ਇਨ ਕੈਲੀਫੋਰਨੀਆ, ਹਾਂਜੀ, ਤੇ ਉੱਥੇ ਕੀ ਕੁਝ ਅਪੀਲ ਕਰਨਾ ਚਾਹੋਗੇ ਦਰਸ਼ਕਾਂ ਨੂੰ? ਨਹੀਂ, ਅਪੀਲ ਮੇਰੀ ਇਹੀ ਹੈ ਵੀ ਅਸੀਂ ਇੱਕ ਬੜਾ ਛੋਟਾ ਜਿਹਾ ਇਨੀਸ਼ੀਏਟਿਵ ਲਿਆ, ਤਾਂ ਕਿ ਜਿਹੜਾ ਸਾਡਾ ਸਿੱਖ ਯੂਥ ਹੈ, ਸਾਡੇ ਸਿੱਖ ਜਿਹੜੇ ਅਚੀਵਰਸ ਨੇ, ਉਹਨਾਂ ਦੀਆਂ ਸਟੋਰੀਜ਼ ਪੜ੍ਹ ਕੇ ਮੋਟੀਵੇਟ ਹੋ ਸਕੇ, ਅਤੇ ਅਸੀਂ ਸਾਡੀ ਕੋਈ ਕਈ ਸਪਿਰਿਟ ਸੀ ਬੁੱਕ ਦੀ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਉਹ ਇਹਨੂੰ ਪੜ੍ਹਨ, ਅਤੇ ਜੇ ਇਹ ਪੜ੍ਹਨ ਦੇ ਨਾਲ ਕਿਸੇ ਦੇ ਵੀ ਜੀਵਨ 'ਚ ਕੋਈ ਫਰਕ ਪੈਂਦਾ ਤਾਂ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦੇ। ਦਿਸ ਬੁੱਕ ਇਜ਼ ਮਸਟ ਸੀਨ ਬਾਏ ਪ੍ਰਬਲੀਨ, ਸੋ ਤੁਸੀਂ ਇਸ ਬੁੱਕ ਨੂੰ ਜ਼ਰੂਰ ਪੜ੍ਹਿਓ, ਔਰ ਜੇਕਰ ਤੁਸੀਂ ਇਸ ਬੁੱਕ ਨੂੰ ਬਾਏ ਕਰਨਾ ਚਾਹੁੰਦੇ ਹੋ ਕਿੱਥੇ ਅਵੇਲੇਬਲ ਹੈਗੀ ਹੈ? ਇਹ ਅਸੀਂ ਪਹਿਲੀ ਵੀ ਬੁੱਕ ਕੋਈ ਸੇਲ ਪਰਪਸ ਲਈ ਨਹੀਂ ਰੱਖੀ, ਅਸੀਂ ਜਿੰਨੀ ਵੀ ਬੁੱਕ ਛਪਵਾਉਂਦੇ ਹਾਂ ਉਹ ਜਿੰਨੀ ਬੁੱਕ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ, ਅੱਗੇ ਉਹ ਆਪ ਹੀ ਡਿਸਟ੍ਰੀਬਿਊਟ ਕਰਦੇ ਨੇ। ਪਰ ਅਮੈਰੀਕਾ ਦੇ ਵਿੱਚ ਜਿਵੇਂ ਡਿਮਾਂਡ ਆ ਰਹੀ ਹੈ, ਅਸੀਂ ਡੈਫੀਨੇਟਲੀ ਅਸੀਂ ਕੋਈ ਨਾ ਕੋਈ ਡਿਸਟ੍ਰੀਬਿਊਟਰ ਇੱਥੇ ਹਾਇਰ ਕਰਕੇ ਉਹਦਾ ਜਿਹੜਾ ਲਿੰਕ ਹੈ ਜਲਦੀ ਔਨਲਾਈਨ ਕਰ ਦੇਵਾਂਗੇ। ਇਫ ਐਨੀ ਡਿਸਟ੍ਰੀਬਿਊਟਰ ਇਜ਼ ਵਾਚਿੰਗ ਦਿਸ ਪ੍ਰੋਗਰਾਮ ਰਾਈਟ ਨਾਓ, ਬੈਸਟ ਮੈਨ ਟੂ ਕੰਟੈਕਟ, right, but it's not for the business, it's for non-profit. But end of the day, ਬਹੁਤ ਮਾਣ ਮਹਿਸੂਸ ਹੁੰਦਾ ਕਿ ਜਦ ਅਜਿਹੇ ਪ੍ਰੋਗਰਾਮ ਹੁੰਦੇ ਔਰ ਇੱਕ ਹੀ ਮੰਚ ਦੇ ਉੱਤੇ ਕਈ ਸਾਰੀਆਂ ਸ਼ਖਸੀਅਤਾਂ ਪਹੁੰਚਦੀਆਂ ਹਨ, ਔਰ ਜਦ ਤੁਸੀਂ ਰੀਪ੍ਰਜੈਂਟ ਕਰਦੇ ਹੋ ਆਪਣੇ ਕਲਚਰ ਨੂੰ ਔਰ ਡਾਇਵਰਸਿਟੀ ਜਦ ਉਸ ਪ੍ਰੋਗਰਾਮ ਦੇ ਵਿੱਚ ਵੇਖਣ ਨੂੰ ਮਿਲਦੀ ਹੈ, ਤਾਂ ਗਿਵ ਬੈਕ ਟੂ ਦੀ ਕਮਿਊਨਿਟੀ ਸਪਿਰਿਟ ਮਿਲਦੀ ਹੈ। ਦਵਿੰਦਰ ਸਿੰਘ ਬੈਂਸ ਹੋਰਾਂ ਦੇ ਪਰਿਵਾਰ, ਉਹਨਾਂ ਦੇ ਬੱਚੇ ਨਾਲ ਮਿਲਵਾਉਣ ਦੀ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕੋਸ਼ਿਸ਼ ਕਰਾਂਗੇ, ਹੁਣ ਇਸ ਬ੍ਰੇਕ ਤੋਂ ਬਾਅਦ ਅਸੀਂ ਉਹਨਾਂ ਨੂੰ ਲਿਆਵਾਂਗੇ ਔਰ ਉਹਨਾਂ ਦੇ ਸਿਧਾਂਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਨਾਓ ਹੈਵ ਜਸਮੀਤ ਬੈਂਸ, ਸ਼ੀ ਇਜ਼ ਫੈਮਿਲੀ ਮੈਡੀਸਿਨ ਫਿਜੀਸ਼ੀਅਨ, ਸਟੇਟ ਆਫ ਕੈਲੀਫੋਰਨੀਆ, ਵਰਕਫੋਰਸ ਕਮਿਸ਼ਨਰ ਐਂਡ ਐਕਟਿਵ ਹੈਲਥ ਕੇਅਰ ਐਡਵੋਕੇਟ, ਐਂਡ ਦਵਿੰਦਰ ਸਿੰਘ ਬੈਂਸ ਹੋਰਾਂ ਦੀ ਵੱਡੀ ਧੀ, ਉਹਨਾਂ ਦੇ ਡਾਟਰ। ਐਂਡ ਵਟ ਯੂ ਥਿੰਕ ਯੂਰ ਡੈਡ, ਯੂ ਨੋ ਹੀ ਇਜ਼ ਗੋਇੰਗ ਐਂਡ ਮੇਕਿੰਗ ਅਸ ਪ੍ਰਾਊਡ, ਯੂ ਨੋ, ਬਾਏ ਸੱਚ ਇਨੀਸ਼ੀਏਟਿਵਸ? He is going to every you know, social programs, political programs, and when it comes taking back from them, what do you think as in, you know, a young professional that we should ask for that and get going to help us and our next generation? First of all, I'm extremely proud of Dad. I think it's important to have leaders that lead by example. And there's a lot of people that want to speak, but not very many people want to act on what they speak on. So finding leaders, especially in the Sikh community, that will lead by example is very hard to find. And Dad is definitely someone that's led all three of us siblings by example. We see how hard he works, and we see an example right before our own eyes growing up that this is what the American dream can bring. And rags to riches happened in front of our eyes. Dad came here and he built his entire career here in America, and it can happen.
And I think we were fortunate to see that in growing up, seeing him lead by example. So we knew from a very long time that Dad was a prominent Sikh, and now the whole world can know, and that's so proud for us as a family to see that. Of course. And Jaspeet, you're also involved in, you know, local politics down there in California, you know, so when it comes to senators, congressmen, women, so you know them very closely. So what should you, you know, deliver a message to inspire our youth? How can they be a part of, you know, to get into the mainstream politics? It's important. I think at one time, Sikh people came to America and taught our youth, you need to be educated, you need to be successful. We're fortunate that we have a lot of very educated and successful Sikh people in America, and that's very great for the community. But the time has come that we need to elect our own to office. We need to see people representing our community in political office at all levels of office, and city council, in the state senate, at the assembly, at Congress, and like Dad said earlier today, the future president of the United States should be a Sikh person. Doesn't mean it has to be man or woman, but we need to work as a community to empower our youth. The time is now. So Jaspeet, can we expect that you will represent us one day? Right now I want to focus on, I am a family medicine physician and I really enjoy being a physician. But yes, the future is out there and I think we need to support each other. I was appointed to the statewide commission about 2 years ago for healthcare workforce under Governor Brown. And that was my first introduction to politics. I had never had, you know, I was schoolwork, schoolwork, schoolwork. You sit at home and you study. There was no introduction to politics at all. When I started the commission, slowly I started meeting, you know, our local elected officials, started meeting our federal elected officials. And I saw that Dad had worked so hard in his career to make these connections. And I was like, wow, Dad, what was the point? And now I'm seeing it, because healthcare is being battled at all levels right now. And if we don't have people to stand up for healthcare, we're gonna lose healthcare for the underserved community. So that's one thing that I'm very passionate about. And at the same time, empowering Asian Americans. We need to have Asian Americans united and empowered, because we are very educated, we are very successful, and we represent in numbers. And there's no reason why we are not represented at all levels of government. Jaspeet, how we can empower women? They're also the part of our community. Empowering women is something that I feel very, very strong about. As women, we have to deal with a lot. As a physician, we have to deal with a lot. And the time is now for women, you know, to step forward and join their local politics. There's no reason why a woman should feel inferior to run for politics, whether she has children, whether she has a job or not. I think a society that's going to support her is what she needs. And I think the time is now. I think the support from the community will happen if we get strong women to be that want to run. So what homework they should do to get into the mainstream politics or the local politics? My best advice would be find something that you're passionate about. Find something that you want to change. Every woman has something that she wants to change. For me, it was healthcare. I was a little frustrated by the fact that in America we have the worst healthcare system. We have a high maternal mortality rate, high neonatal mortality rate, high opioid use disorder. There's so much going on, and it seems like it's falling on deaf ears. Nobody wants to do anything about it. So for me, this is something I've always been very passionate about. And I've been working in my local community of Taft to tackle these problems. And we've been very successful at elevating the community, especially. And if we can do that at a community level, you know, what could we do at a federal or state level? But for women, it's important, find what you're passionate about. Find what drives you and utilize that as a base for you making changes in your community.
ਇਟਸ ਵੈਰੀ ਇੰਪੋਰਟੈਂਟ ਫੋਰ ਅਸ, ਸਾਨੂੰ ਬਹੁਤ ਲੋੜ ਹੁੰਦੀ ਹੈ ਕਿ ਜਿਵੇਂ ਅੱਜ ਜਸਬੀਤ ਨੇ ਸਾਨੂੰ ਦੱਸਿਆ, ਮੈਂ ਤਾਂ ਬਹੁਤ ਮੋਟੀਵੇਟ ਹੋਇਆ, ਮੈਨੂੰ ਲੱਗਦਾ ਕਿ ਤੁਸੀਂ ਘਰ ਬਹਿ ਕੇ ਤੁਸੀਂ ਵੀ ਮੋਟੀਵੇਟ ਹੋਏ ਹੋਣੇ ਹੋ, ਤਾਂ ਜਿਵੇਂ ਜਸਮੀਤ ਨੇ ਸਾਨੂੰ ਦੱਸਿਆ ਇਟਸ ਵੈਰੀ ਇੰਪੋਰਟੈਂਟ ਕਿ ਜਿੱਥੇ ਅੱਜ ਸਾਡੇ ਭਰਾ ਸਾਡੇ ਮੈਨਸ ਅੱਗੇ ਆ ਰਹੇ ਨੇ ਅਤੇ ਉੱਥੇ ਵੁਮੈਨਸ ਦੀ ਵੀ ਬਹੁਤ ਲੋੜ ਹੈਗੀ ਅੱਗੇ ਆਉਣ ਦੀ, ਬਿਕੋਜ਼ ਤੁਸੀਂ ਵੀ ਮੇਨ ਸਟ੍ਰੀਮ ਪੋਲੀਟਿਕਸ ਦਾ ਹਿੱਸਾ ਬਣ ਸਕਦੇ ਹੋ, ਆਪਣੇ ਟੈਲੈਂਟ ਨੂੰ ਨਰਚਰ ਕਰਨ ਦੀ ਲੋੜ ਹੈ, ਔਰ ਸਭ ਤੋਂ ਪਹਿਲਾਂ ਹੇਠਲੇ ਪੱਧਰ ਤੋਂ ਤੁਸੀਂ ਸ਼ੁਰੂਆਤ ਕਰੋ, ਆਪਣੇ ਘਰ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪੋਲੀਟੀਸ਼ੀਅਨ ਹੈਗਾ, ਸਿਟੀ ਕੌਂਸਲ ਕੋਈ ਹੈਗਾ, ਉਹਦੇ ਨਾਲ ਤੁਸੀਂ ਰਾਬਤਾ ਕਾਇਮ ਕਰੋ, ਫਿਰ ਤੁਸੀਂ ਦੇਖੋ ਕਿ ਸਾਡੇ ਇੱਥੇ ਦਾ ਸੈਨੇਟਰ ਕੌਣ ਹੈਗਾ, ਉਹਦੇ ਨਾਲ ਦੋਸਤੀ ਕਰੋ, ਹੌਲੀ ਹੌਲੀ ਜਦ ਤੁਸੀਂ ਉਹਨਾਂ ਨਾਲ ਦੋਸਤੀ ਕਰੋਗੇ, ਉਹਨਾਂ ਨਾਲ ਉੱਠੋਗੇ ਬੈਠੋਗੇ, ਤਾਂ ਤੁਹਾਨੂੰ ਸਮਝ ਆਊਗਾ ਕਿ ਆਖਿਰਕਾਰ ਜਿਹੜੀਆਂ ਪ੍ਰਾਪਤੀਆਂ ਉਹਨਾਂ ਨੇ ਹਾਸਿਲ ਕੀਤੀਆਂ ਅਤੇ ਤੁਸੀਂ ਕੀ ਹਾਸਿਲ ਕਰ ਸਕਦੇ ਹੋ। ਸੋ ਕਿਉਂ ਮੰਦਾ ਆਖੀਏ ਜਿੱਤ ਜਮ ਮੇਰਾ ਜਾਨ। ਇਸ ਤੋਂ ਬਾਅਦ ਗੱਲ ਕਰਾਂਗੇ ਗੁਰੂ ਵਿਜੇ ਦੇ ਨਾਲ, ਦਵਿੰਦਰ ਸਿੰਘ ਬੈਂਸ ਹੋਰਾਂ ਦੇ ਸਨ, ਉਹ ਕੀ ਕੁਝ ਇਸ ਮੰਚ ਦੇ ਉੱਤੇ ਅੱਜ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ, ਕਰਾਂਗੇ ਉਹਨਾਂ ਦੇ ਵਿਚਾਰ ਇਸ ਮੰਚ ਦੇ ਉੱਤੇ ਇਸ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਹੁਣ ਮੇਰੇ ਨਾਲ ਮੰਚ ਦੇ ਉੱਤੇ ਵਿਰਾਜਮਾਨ ਹਨ ਗੁਰੂ ਵਿਜੇ, ਦਵਿੰਦਰ ਸਿੰਘ ਬੈਂਸ ਹੋਰਾਂ ਦੇ ਸਨ ਨੇ, ਅਤੇ ਜਿਸ ਤਰੀਕੇ ਦਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਫੈਮਿਲੀ ਸਪਿਰਿਟ, ਕਮਿਊਨਿਟੀ ਸਪਿਰਿਟ ਜਿਹੜੀ ਸਾਡੀ ਹੋਣੀ ਚਾਹੀਦੀ ਹੈ, ਅਤੇ ਉਹ ਮੈਨੂੰ ਵੇਖਣ ਦੇ ਵਿੱਚ ਮਿਲੀ ਇਨਫ ਇਸ ਫੈਮਿਲੀ ਦੇ ਵਿੱਚ। ਸੋ ਗੁਰੂ ਵਿਜੇ, ਤੁਸੀਂ ਦੱਸੋ, ਜਸਟ ਟੈਲ ਮੀ, ਐਜ ਐਨ ਯੰਗ ਪ੍ਰੋਫੈਸ਼ਨਲ, ਵਟ ਯੂਅਰ ਡੂਇੰਗ, ਐਂਡ ਵੈਨ ਇਟ ਕਮਸ ਟੂ ਇੰਸਪਾਇਰ ਐਮਪਾਵਰ ਆਰ ਨਿਊ ਜਨਰੇਸ਼ਨ, ਵਟ ਮੈਸੇਜ ਯੂ ਵਿਲ ਡਿਲੀਵਰ ਟੂ ਦੈਟ? Oh, pardon. Vaheguru Ji ka khalsa, Vaheguru Ji ki fateh. Right now, I'm a young professional. I'm an emergency medicine resident in New Jersey right now. One of the things I'm particularly focusing on, doing a specialization year next year, is to work on disaster medicine training in EMS, which is a particular subset to help with global changes around the world a little bit. So one thing that we focus on is creating pre-hospital care to make it better for people to get to the hospital a little bit faster. One thing that I would say for any young professional is to find, well, one, take every opportunity that comes your way. You never really know which way your life is going to be headed, but just take every opportunity that comes your way, and it'll eventually take you to where you need to be. Of course. And that's very important, I guess. So those who are, you know, don't know about where they should go and what field they should choose, so for them, what you should, tell them to inspire? Sure. I mean, at that point, I would try to find mentors that are around you that are successful or who you do think they are successful. So if you find someone that inspires you as a person, it could be your parents, could be your siblings, or it could be just a community leader, I would look to those people to look for support, just so they can help guide you in the right direction, help you find out what things that you enjoy, what things that can help you become a better person and do the things that you love doing. ਫਸਟ ਆਫ ਆਲ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ, ਲਾਈਕ ਯੂਰ ਨੇਮ ਗੁਰੂ ਵਿਜੇ, ਦੈਟ ਮੀਨਸ ਟੂ ਯੂ ਕੈਨ ਸਾਰੀ ਫੀਲਡ ਦੇ ਵਿੱਚ ਜਾ ਕੇ ਆਪਣੀ ਪਹਿਚਾਣ ਬਣਾਓ ਔਰ ਉਹਨੂੰ ਜਿੱਤ ਕੇ ਲਿਆਓ, ਵਿਜੇ ਕਰਕੇ ਲਿਆਓ। ਔਰ ਗੁਰੂ ਨੇ ਜਿਹੜੀ ਗੱਲ ਸਾਨੂੰ ਸਮਝਾਈ ਸੀਗੀ ਔਰ ਗੁਰੂ ਨੇ ਜਿਹੜੇ ਸਾਨੂੰ ਸਿਧਾਂਤ ਦਿੱਤੇ ਸੀਗੇ, ਉਹਨਾਂ ਸਿਧਾਂਤਾਂ ਦੇ ਉੱਤੇ ਅਸੀਂ ਕਿਵੇਂ ਵਿਜੇ ਪ੍ਰਾਪਤ ਕਰ ਸਕਦੇ ਹਾਂ? ਗੁਰੂ ਦਾ ਦਿੱਤਾ ਹੋਇਆ ਉਹ ਸਿਧਾਂਤ, ਗੁਰੂ ਵਿਜੇ ਮੈਂ ਆਪਣੇ ਆਪ ਬਣਾਇਆ, ਪਰ ਆਈ ਜਸਟ ਵਾਂਟ ਟੂ convey the message ki end of the day it's all about the basic principles of Guru Sahab, right? So as a member of Ben's family, what things you have seen in your dad which inspires you? Now he's a community leader, right? So what inspires you to be like him one day? Sure. I think that one thing that inspires me to be like my dad every day is just the dedication and hard work that he puts towards his craft. And that goes a long way. It's not only that, but it's ethics behind it as well. Just small stories. I mean, just going to go eat somewhere, people will come up to my dad and say, like, oh, you helped me get the first car that I was ever able to purchase, and now I can take my kids to school. Things like that mean a lot to me. You know, being a physician right now, I'm able to make an impact in people's lives outside of their work lives, outside of their home lives, and I feel like I'm trying to take all the principles I learned growing up and translate them to how I practice. Guru Vijay, how we can be a part of, you know, the mainstream politics? So what
message you will deliver to the young generation so then they can be a part of the system? And what should they do from their basic levels? Well, as far as trying to get into politics, my sister just me kind of nailed every point on there. But I think that in order to get into politics, one of the more important things is learning about the legislative process in and of itself. I'm still learning myself. As just me was saying a little bit earlier, it's really hard to understand every aspect of it, but especially if you're not from a political background or a lawyer, for example. But it's important to get involved and learn as much as you can little by little and actually go to the politicians and try to learn as much. Even me and just me have gone to Sacramento and the Capitol building to help lobby for legislative and health bills. And so doing that, learning it for the first time, seeing it, and seeing what politicians can actually do for you is a first step. Very impressive. By the way, I like your tie and pocket square. Oh, thank you. Looking very good. And ਫਿਲਹਾਲ ਰੁਕ ਰਹੇ ਇੱਕ ਬ੍ਰੇਕ ਲਈ ਇੱਥੇ ਔਰ ਜਦ ਬ੍ਰੇਕ ਤੋਂ ਬਾਅਦ ਆਵਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹੀ ਲੋੜ ਹੈਗੀ ਹੈ ਅੱਜ ਜਦ ਮੈਂ ਗੁਰੂ ਵਿਜੇ ਨੂੰ ਲਿਆਉਣਾ ਚਾਹੁੰਦਾ ਸੀਗਾ ਇਸ ਪ੍ਰੋਗਰਾਮ ਦੇ ਵਿੱਚ ਤਾਂ ਹੁੰਦਾ ਕਿ ਸਾਡੇ ਬੱਚੇ ਪਬਲਿਕ ਸਪੀਕਿੰਗ ਕਿਵੇਂ ਕਰਨਗੇ ਚਲੋ ਪਬਲਿਕ ਸਪੀਕਿੰਗ ਤਾਂ ਦੂਰ ਕੈਮਰੇ ਦੇ ਅੱਗੇ ਕਿਵੇਂ ਬੋਲਣਗੇ ਅਤੇ ਮੈਨੂੰ ਲੱਗਦਾ ਕਿ ਸਾਡੇ ਬੱਚਿਆਂ ਦੇ ਵਿੱਚ ਉਹ ਜਜ਼ਬਾ ਹੈ ਲੋੜ ਹੈਗੀ ਹੈ ਉਹਨਾਂ ਨੂੰ ਪਲੈਟਫਾਰਮ ਦੇਣ ਦੀ ਲੋੜ ਹੈਗੀ ਹੈ ਉਹਨਾਂ ਨੂੰ ਲਿਜਾਉਣ ਦੀ ਲੋੜ ਹੈਗੀ ਹੈ ਆਪਣੇ ਨਾਲ ਉਹਨਾਂ ਨੂੰ ਉਹਨਾਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਵਾਉਣ ਦੀ ਤਾਂ ਫਿਰ ਅਸੀਂ ਹਾਸਿਲ ਕਰ ਸਕਦੇ ਹਾਂ ਉਹ ਸਾਰੇ ਪਲੈਟਫਾਰਮ ਤੋਂ ਸਾਰੇ ਸਿਧਾਂਤ ਜੋ ਕਿ ਅਸੀਂ ਇਸ ਧਰਤੀ ਦੇ ਉੱਤੇ ਹਾਸਿਲ ਕਰਨਾ ਚਾਹੁੰਦੇ ਹਾਂ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਹੇ ਡਾਕਟਰ ਸਚਦੇਵ ਬਕਾਇਦਾ ਫੀਨਿਕਸ ਐਰੀਜ਼ੋਨਾ ਤੋਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀਗੇ ਜਿਨ੍ਹਾਂ ਨੂੰ ਬਕਾਇਦਾ ਸਨਮਾਨਿਤ ਕੀਤਾ ਗਿਆ ਉਹ ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜਨਗੇ ਔਰ ਜਦ ਆਉਣਗੇ ਤਾਂ ਉਹਨਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰਾਂਗੇ ਕਿ ਵਟ ਸ਼ੁੱਡ ਵੀ ਐਕਸਪੈਕਟ ਫਰੋਮ ਦਾ ਪੋਲੀਟੀਸ਼ੀਅਨ ਵੈਨ ਵੀ ਆਰ ਗਿਵਿੰਗ ਦੈਮ ਫੰਡਸ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਸਵਾਗਤ ਹੈ ਡਾਕਟਰ ਜਸਵੰਤ ਸਿੰਘ ਸਚਦੇਵ ਮੇਰੇ ਨਾਲ ਮੌਜੂਦ ਨੇ ਔਰ ਜਦ ਕੱਲ੍ਹ ਫੀਨਿਕਸ ਐਰੀਜ਼ੋਨਾ ਦੀ ਆਉਂਦੀ ਹੈ ਤਾਂ ਫੀਨਿਕਸ ਐਰੀਜ਼ੋਨਾ ਦੇ ਵਿੱਚ ਕਿਸ ਤਰੀਕੇ ਦੀ ਰਿਕੋਗਨੀਸ਼ਨ ਦੀ ਲੋੜ ਸੀਗੀ ਔਰ ਅੱਜ ਜਦ ਅਸੀਂ ਜਨਰੇਸ਼ਨ ਦੀ ਗੱਲ ਕਰ ਰਹੇ ਸੀਗੇ ਜਿਵੇਂ ਦਵਿੰਦਰ ਸਿੰਘ ਬੈਂਸ ਹੋਰਾਂ ਨੇ ਦੱਸਿਆ ਕਿ ਸਾਡੀ ਜਨਰੇਸ਼ਨ ਨੇ ਸ਼ੁਰੂ ਕੀਤਾ ਉਹਨਾਂ ਨੇ ਸਾਨੂੰ ਦਿੱਤਾ ਅੱਜ ਅਸੀਂ ਉਹ ਸਾਰੇ ਸਿਧਾਂਤ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੇ ਰਹੇ ਨੇ ਤਾਂ ਮੈਂ ਕੰਕਲੂਡ ਕਰਨਾ ਚਾਹਾਂਗਾ ਡਾਕਟਰ ਸਾਹਿਬ ਕਿ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣੇ ਸਨਮਾਨਿਤ ਕੀਤਾ ਗਿਆ ਸੋ ਤੁਸੀਂ ਕਿਵੇਂ ਹੁਣ ਕਮਿਊਨਿਟੀ ਨੂੰ ਦੇ ਕੇ ਜਾ ਰਹੇ ਹੋ ਐਂਡ ਵਟ ਸ਼ੁੱਡ ਯੂ ਐਕਸਪੈਕਟ ਫਰੋਮ ਦ ਕਮਿਊਨਿਟੀ ਐਜ਼ ਵੈਲ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਕੀਰਤ ਜੀ ਇਹ ਬਹੁਤ ਅਹਿਮ ਮੁੱਦਾ ਜਿਹੜਾ ਤੁਸੀਂ ਮੇਰੇ ਨਾਲ ਡਿਸਕਸ ਕਰ ਰਹੇ ਹੋ ਇਸ ਵਕਤ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਐਜ਼ ਸਿੱਖਸ ਬੜਾ ਘੱਟ ਨੰਬਰ ਹੈ ਸਾਡਾ ਇਸ ਕੰਟਰੀ ਵਿੱਚ ਫਿਰ ਉਦੋਂ ਉਸ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਪਰਮਾਤਮਾ ਨੇ ਅਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਯੂਨੀਕ ਆਈਡੈਂਟੀ ਦਿੱਤੀ ਹੈ ਅਤੇ ਜਿਹੜੀਆਂ ਵੀ ਸਾਡੀਆਂ ਪ੍ਰੋਬਲਮਾਂ ਇਸ ਕੰਟਰੀ ਵਿੱਚ ਹਨ ਜਾਂ ਆਊਟ ਆਫ ਕੰਟਰੀ ਆਊਟ ਆਫ ਸਾਡੇ ਆਪਣੇ ਕੰਟਰੀ 'ਚ ਹਨ ਉਹ ਮੋਸਟਲੀ ਰਿਲੇਟਿਡ ਹੈਗੀਆਂ ਟਰਬਨ ਬੀਅਰਡ ਅਤੇ ਜਿਹੜੀ ਸਾਡੀ ਸਪੈਸ਼ਲ ਅਪੀਅਰੈਂਸ ਹੈ ਅਤੇ ਤੁਹਾਡਾ ਕੁਐਸਚਨ ਹੈ ਕਿ ਅਸੀਂ ਕਮਿਊਨਿਟੀ ਨੂੰ ਕੀ ਦੇ ਕੇ ਜਾ ਰਹੇ ਹਾਂ ਤਾਂ ਕਿ ਅੱਗੇ ਤੋਂ ਇਹ ਜਿਹੜੀਆਂ ਤਕਲੀਫਾਂ ਸਾਨੂੰ ਮਿਲ ਰਹੀਆਂ ਹਨ ਉਹ ਨਾ ਹੋਣ ਸਾਡੀ ਆਈਡੈਂਟੀ ਵੱਲ ਕੋਈ ਦੇਖ ਕੇ ਸਾਨੂੰ ਫੋਰਨਰ ਨਾ ਸਮਝੇ ਸਾਨੂੰ ਇਸ ਪਾਰਟ ਆਫ ਦਿਸ ਕੰਟਰੀ ਸਮਝੇ ਜਿਵੇਂ ਬਾਕੀ ਲੋਕ ਰਹਿ ਰਹੇ ਹਨ ਅਸੀਂ ਵੀ ਉੱਦਾਂ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰ ਸਕੀਏ ਇਹ ਸਾਰਾ ਕੁਝ ਠੀਕ ਹੈ ਕਿ ਅਸੀਂ ਬੜਾ ਕੁਝ ਅਚੀਵ ਕੀਤਾ ਵੀ ਹੈਵ ਡਨ ਵੇਅਰ ਐਵਰ ਵੀ ਹੈਵ ਬਿਨ ਦੇਅਰ ਵੀ ਹੈਵ ਡਨ ਵੰਡਰਸ ਇਨ ਪੋਲੀਟਿਕਸ ਇਨ ਪ੍ਰੋਫੈਸ਼ਨਲ ਜੋਬਸ ਇਨ ਬਿਜ਼ਨਸ ਨੋ ਮੈਟਰ ਵੀ ਹੈਵ ਅਚੀਵਡ ਦ ਹਾਈਟ ਵੀ ਹੈਵ ਰੀਚ ਦ ਪਿਨਕਲ ਪਰ ਇੱਕ ਜਿਹੜੀ ਪ੍ਰੋਬਲਮ ਹੈ ਐਂਡ ਦੈਟ ਇਜ਼ ਮੇਅਰਲੀ ਡਿਊ ਟੂ ਮਿਸਅੰਡਰਸਟੈਂਡਿੰਗ ਆਫ ਦ ਲੋਕਲ ਪੀਪਲ ਹੀਅਰ ਅਬਾਊਟ ਆਵਰ ਆਈਡੈਂਟੀ 9/11 ਤੋਂ ਬਾਅਦ ਇਹ ਜਿਹੜੀ ਪ੍ਰੋਬਲਮ ਬਹੁਤ ਐਕਿਊਟ ਹੋਈ ਸੀ ਜਿਵੇਂ ਕਿ ਆਪਣੇ ਰਾਣਾ ਜੀ ਥਿਆਏ ਉਹਨਾਂ ਦੇ ਵੱਡੇ ਬ੍ਰਦਰ ਵਾਜ਼ ਦਾ ਫਸਟ ਪਰਸਨ ਹੂ ਵਾਜ਼ ਕਿਲਡ ਬਿਕੋਜ਼ ਆਫ ਮਿਸ ਆਈਡੈਂਟੀ ਅਤੇ ਮੈਂ ਪਰਸਨਲੀ ਜਿਹੜਾ ਜ਼ੋਰ ਵੀ ਲਾਉਂਦਾ ਰਿਹਾ ਅਤੇ ਬਿਲੀਵ ਕਰਦਾ ਕਿ ਹਰ ਇੱਕ ਸਿੱਖ ਦਾ ਇਹ ਇੱਕ ਫਰਜ਼ ਬਣਦਾ ਹੈ ਕਿ ਇੱਥੋਂ ਦੇ ਲੋਕਾਂ ਨੂੰ ਉਹ ਦੱਸ ਸਕਣ ਕਿ ਅਸੀਂ ਕੌਣ ਹਾਂ ਸਾਡੇ ਪ੍ਰਿੰਸੀਪਲ ਕੀ ਹਨ ਅਤੇ ਅਸੀਂ ਕਿਸ ਚੀਜ਼ 'ਚ ਬਿਲੀਵ ਕਰਦੇ ਹਾਂ ਅਤੇ ਅਸੀਂ ਕਿਸ ਤਰ੍ਹਾਂ ਡਿਫਰੈਂਟ ਹਾਂ ਉਹਨਾਂ ਗਰੁੱਪਸ ਆਫ ਪੀਪਲ ਤੋਂ ਜਿਨ੍ਹਾਂ ਨੇ ਇਸ ਕੰਟਰੀ ਨੂੰ ਹਰਟ ਕਰਨ ਦਾ ਕੋਸ਼ਿਸ਼ ਕੀਤੀ ਹੈ
ਤੇ ਉਹ ਜਦ ਤੱਕ ਅਸੀਂ ਇੰਡੀਵਿਜੂਅਲ ਲੈਵਲ ਤੇ ਨੋ ਮੈਟਰ ਹੂ ਵੀ ਆਰ, ਵੀ ਮੇ ਬੀ ਫਿਜ਼ੀਸ਼ੀਅਨਸ, ਵੀ ਮੇ ਬੀ ਇੰਜੀਨੀਅਰਸ, ਵੀ ਮੇ ਬੀ ਪ੍ਰੋਫੈਸ਼ਨਲਸ, ਵੀ ਮੇ ਬੀ ਬਿਜ਼ਨਸਮੈਨ, ਸਾਡਾ ਹਰ ਇੱਕ ਐਕਟ ਸ਼ੁੱਡ ਬੀ ਡਾਇਰੈਕਟਿਡ ਅਗੇਂਸਟ ਦਿਸ ਪ੍ਰਿੰਸੀਪਲ ਦੈਟ ਹੂ ਵੀ ਆਰ ਐਂਡ ਵਟ ਆਵਰ ਬੇਸਿਕ ਪ੍ਰਿੰਸੀਪਲਸ ਆਰ। ਬਿਲਕੁਲ, ਤਾਂ ਬੇਸਿਕ ਪ੍ਰਿੰਸੀਪਲ ਦੀ ਗੱਲ ਇੱਥੇ ਕੀਤੀ ਕਿ ਸਾਨੂੰ ਉਹ ਦੱਸਣ ਦੀ ਲੋੜ ਹੈ। ਅਤੇ ਸਾਡੇ ਨਾਲ ਤਸ਼ਰੀਫ ਫਰਮਾਨ ਸੀਗੇ ਅਮਰੀਕ ਸਿੰਘ ਕਾਲੋਂ ਜੀ ਅਤੇ ਸੋਢੀ ਜੀ, ਉਹਨਾਂ ਨੂੰ ਅਸੀਂ ਬਕਾਇਦਾ ਸਾਡਾ ਜਿਹੜਾ ਸਾਂਝੇ ਮਸਲੇ ਪ੍ਰੋਗਰਾਮ ਹੈਗਾ ਜੋ ਕਿ ਹਰ ਸੈਟਰਡੇ ਨੂੰ ਚੱਲਦਾ, ਉਹਦੇ ਵਿੱਚ ਅਸੀਂ ਉਹਨਾਂ ਨੂੰ ਸੁਣਾਂਗੇ ਕਿ ਕਿਸ ਤਰੀਕੇ ਦੇ ਵਿਚਾਰ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੱਖੇ ਸੀਗੇ। ਲੇਕਿਨ ਜਿਹੜੇ ਅੱਜ ਗੈਸਟ ਸਾਡੇ ਨਾਲ ਤਸ਼ਰੀਫ ਫਰਮਾਨ ਹੋਏ ਸੀਗੇ, ਉਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਡਾਕਟਰ ਜਸਵੰਤ ਸਿੰਘ ਸਚਦੇਵ ਜੀ ਅਤੇ ਦਵਿੰਦਰ ਸਿੰਘ ਬੈਂਸ ਅਤੇ ਉਹਨਾਂ ਦਾ ਪਰਿਵਾਰ ਦਾ, ਅਤੇ ਪ੍ਰਭਲੀਨ ਸਿੰਘ। ਅਤੇ ਕੱਲ੍ਹ ਵੀ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਕੁਝ ਨਾ ਕੁਝ ਲੈ ਕੇ ਆਵਾਂਗੇ, ਜਿਸ ਤਹਿਤ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਘਰ ਦੇ ਵਿੱਚ ਉਹਨਾਂ ਸਾਰੇ ਮਸਲਿਆਂ ਨੂੰ ਚੱਕੀਏ, ਔਰ ਉਹਨਾਂ ਮਸਲਿਆਂ ਨੂੰ ਚੱਕ ਕੇ ਅਸੀਂ ਇਸ ਪਲੈਟਫਾਰਮ ਦੇ ਉੱਤੇ ਲੈ ਕੇ ਆਈਏ, ਉਹਦੀ ਗੱਲ ਅੱਜ ਕਰੀਏ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ੍ਰੀ ਅਕਾਲ।